ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਨਣ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ ਯੂਟਿਊਬ ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ। ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ, ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ। ਕੇਵਲ ਯਾਦ ਆਵੇ ਪਿਆਰਾ ਪਿਆਰਾ
ਉਤਰ ਜਾਓ ਵਾਹੋ ਦੇ ਵਿੱਚ, ਵਾਹੋ ਵਾਹੋ ਇੱਕ ਸਵਾਸ ਵੀ ਬਿਰਥਾ ਨਾ ਜਾਏ। ਹਰ ਸਵਾਸ ਦੇ ਵਿੱਚ ਸੱਚਾ ਵਪਾਰ ਕਰੋ। ਤੁਹਾਨੂੰ ਗੁਰੂ ਨਾਨਕ ਸਾਹਿਬ ਵੇਖ ਰਹੇ ਨੇ, ਵੇਖ ਰਹੇ ਨੇ। ਜਪੋ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਜੋ ਮਾਂਗੋ ਸੋਈ ਸੋਈ ਪਾਓ, ਜੋ ਸੋਈ ਪਾਵੋ, ਜੋ ਮੰਗੋ
ਕਲੇਸ਼ ਰੋਗ ਸਭ ਨਾਸੇ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਪਹਿਰ ਆਰਾਧੋ ਸੁਆਮੀ ਆਠ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਪੂਰਨ ਕਾਲ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਜੋ ਮੰਗੋ ਸੋਈ ਸੋਈ ਪਾਵੋ ਜੋ ਖਸਮ ਪਰੋਸਾ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਜੋ ਮੰਗੋ ਸੋਈ ਸੋਈ ਪਾਵੋ ਹਰ ਜੀਉ ਤੂੰ ਸੁਖ ਸੰਪਤ ਰਾਸ ਹਰ ਜੀਉ ਤੂੰ ਸੁਖ ਸੰਪਤ ਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਆ ਕੇ ਹਰਦਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਆ ਕੇ ਅਰਦਾਸ
ਜੋ ਮੰਗੋ ਸੋਈ ਸੋਈ ਪਾਵੋ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ। ਕਹੋ ਨਾਨਕ ਗੁਰਪੂਰਾ ਭੇਟਿਓ, ਕਹੋ ਨਾਨਕ ਸਗਲ ਅੰਦੇਸਾ, ਮਿਟਿਓ ਸਗਲ ਅੰਦੇਸਾ, ਮਿਟਿਓ ਸਗਲ ਅੰਦੇਸਾ, ਮਿਟਿਓ ਸਗਲ ਅੰਦੇਸਾ। ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਕਸਮ ਪਰੋਸਾ। ਜੋ ਮੰਗੋ ਸੋਈ ਸੋਈ ਪਾਓ, ਜੋ ਮੰਗੋ ਸੋਈ ਸੋਈ ਪਾਓ, ਜੋ ਮੰਗੋ ਸੋਈ ਸੋਈ ਪਾਓ, ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ, ਜੋ ਮੰਗੋ ਸੋਈ ਸੋਈ ਪਾਓ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਗਵਾਹੀ ਦੇ ਰਹੇ ਨੇ, ਗਵਾਹੀ ਇੱਕ ਜਾਮਨੀ ਭਰਦੇ ਨੇ, ਔਰ ਇਹ ਜਾਮਨੀ ਉਹਨਾਂ ਵਾਸਤੇ ਹੈ, ਇਹ ਗਵਾਹੀ ਉਹਨਾਂ ਵਾਸਤੇ ਹੈ ਜਿਨ੍ਹਾਂ ਕੋਲ ਭਰੋਸੇ ਦੀ ਦਾਤ ਹੈ। ਆਪਾਂ ਸਤਨਾਮ ਭਰੋਸੇ ਦੀ ਦਾਤ, ਬੜੀ ਵੱਡੀ ਸਾਧ ਸੰਗਤ ਇਹ ਦਾਤ ਹੈ, ਔਰ ਮੈਂ ਸਿੱਧਾ ਕਹਿੰਦੇ ਹਾਂ ਨਿਆਮਤਾਂ ਵਾਲੀ ਦਾਤ, ਨਿਆਮਤਾਂ ਵਾਲੀ। ਪਾਤਸ਼ਾਹ ਕਹਿੰਦੇ ਜੋ ਮੰਗੋ ਸੋਈ ਸੋਈ ਪਾਓ, ਔਰ ਰਿਟਨ ਗਰੰਟੀ ਦੇਤੀ ਹੈ ਸਤਿਗੁਰਾਂ ਨੇ, ਰਿਟਨ ਇਹ ਲਿਖਤ ਗਰੰਟੀ ਹੈ। ਪਾਤਸ਼ਾਹ ਕਹਿੰਦੇ ਜਾ ਤੈਨੂੰ ਲਿਖ ਕੇ ਦਿੱਤਾ, ਪਰ ਕੰਮ ਕੀ ਕਰਨਾ? ਆਪਣੇ ਖਸਮ ਭਰੋਸਾ, ਖਸਮ 'ਤੇ ਭਰੋਸਾ ਰੱਖੇ, ਡੋਲ ਨਾ ਜਾਈ, ਥਿੜਕ ਨਾ ਜਾਈ। ਇੰਨਾ ਤਗੜਾ ਭਰੋਸਾ ਹੋਵੇ ਤੇਰਾ, ਇੰਨਾ ਤਗੜਾ ਅਕੀਦਾ ਹੋਵੇ ਤੇਰਾ ਕਿ ਗੁਰੂ ਨੂੰ ਖਿੱਚ ਪੈ ਜਾਵੇ, ਸਤਿ ਸ਼੍ਰੀ
ਅਕਾਲ ਗੁਰੂ ਨੂੰ ਖਿੱਚ ਪੈ ਜਾਵੇ ਵਾਹਿਗੁਰੂ ਜੀ ਨੂੰ ਖਿੱਚ ਪੈ ਜਾਵੇ ਕਿ ਆਪਣੇ ਬੱਚੇ ਦੇ ਕੰਮ ਕਿਵੇਂ ਸਵਾਰਨੇ ਕਿਵੇਂ ਖਿੱਚ ਪਾ ਖਿੱਚ ਇੱਥੇ ਮੈਂ ਥੋੜ੍ਹੀ ਜਿਹੀ ਗੱਲ ਸਾਧ ਸੰਗਤ ਖੋਲ੍ਹਣਾ ਚਾਹਾਂ ਸਤਿਗੁਰਾਂ ਨੇ ਇਹ ਗੱਲ ਕਹੀ ਜੋ ਮੰਗੋ ਸੋਈ ਸੋਈ ਪਰ ਇਸ ਮੰਗਣ ਦੇ ਵਿੱਚ ਕੁਝ ਚੀਜ਼ਾਂ ਦਾ ਸਾਨੂੰ ਧਿਆਨ ਦੇਣਾ ਪਏਗਾ ਮੰਨ ਲਓ ਕਿਸੇ ਨਾਲ ਸਾਡੀ ਲੱਗਦੀ ਹੈ ਹਾਂਜੀ ਉਹ ਇੱਕ ਅੱਖ ਨਹੀਂ ਸਾਨੂੰ ਭਾਉਂਦਾ ਦੁਸ਼ਮਣੀ ਚਲਦੀ ਪਈ ਹੈ ਔਰ ਅਸੀਂ ਬਹਿ ਗਏ ਇਹ ਮੰਗਣ ਵਾਸਤੇ ਕਿ ਹੇ ਰੱਬਾ ਉਹਦਾ ਮਾੜਾ ਕਰ ਆਖੋ ਸਤਨਾਮ ਉਹਦਾ ਮਾੜਾ ਕਰ ਮਹਾਂਪੁਰ ਕਹਿੰਦੇ ਸਨ ਤੇਰੀ ਮੰਗ ਦੇ ਵਿੱਚ ਲਾਲਚ ਨਾ ਹੋਵੇ ਤੇਰੀ ਮੰਗ 'ਚ ਕਿਸੇ ਦਾ ਬੁਰਾ ਨਾ ਹੋਵੇ ਕਹਿੰਦੇ ਤੇਰੀ ਮੰਗ ਕਰਕੇ ਕਿਸੇ 'ਤੇ ਦੁੱਖ ਵਾਲਾ ਸੰਕਟ ਵਾਲਾ ਸਮਾਂ ਨਾ ਆਵੇ ਉਹ ਦੇਖੀ ਕਿਧਰੇ ਇਹੋ ਜਿਹੀ ਮੰਗ ਨਾ ਰੱਖ ਲਈ ਜੇ ਤੇਰੀ ਮੰਗ ਨਿਰਮਲ ਹੋਈ ਜੇ ਤੇਰੀ ਮੰਗ ਦੇ ਵਿੱਚ ਪਿਆਰਿਆ ਕਿਸੇ ਲਈ ਮਾੜਾ ਨਹੀਂ ਤੇਰੀ ਮੰਗ 'ਚ ਲੋਭ ਨਹੀਂ ਲਾਲਚ ਨਹੀਂ ਕਹਿੰਦੇ ਫਿਰ ਗੁਰੂ ਨੂੰ ਜ਼ਰੂਰ ਫਿਕਰ ਪਏਗੀ ਆਪੋ ਸਤਨਾਮ ਜ਼ਰੂਰ ਫਿਕਰ ਪਏ ਹੁਣ ਚੰਗਾ ਭਲਾ 250 ਗਜ ਦੀ ਕੋਠੀ 'ਚ 200 ਗਜ ਦੀ 150 ਗਜ ਦੀ ਕੋਠੀ 'ਚ ਗੁਜ਼ਾਰਾ ਹੋ ਰਿਹਾ ਸੋਹਣਾ ਗੁਜ਼ਾਰਾ ਹੋ ਰਿਹਾ ਠੀਕ ਹੈ ਹੁਣ ਇੱਧਰ ਬਹਿ ਗਿਆ ਰੋਲਾ ਪਾਉਣ ਲਈ ਹੇ ਵਾਹਿਗੁਰੂ ਜੀ ਮੇਰੇ ਭਰਾ ਦੇ ਕੋਲ 250 ਗਜ ਦੀ ਕੋਠੀ ਮੇਰੇ ਕੋਲ 200 ਗਜ ਦੀ ਕੋਠੀ ਉਹਦੇ ਕੋਲ 2 ਕਾਰਾਂ ਹੋ ਗਈਆਂ ਮੇਰੇ ਕੋਲ 1 ਵੀ ਨਹੀਂ ਦੇ ਮੈਨੂੰ ਕਾਰ ਦੇ ਸਕੂਟਰ ਨਾਲ ਕੰਮ ਚੱਲਦਾ ਸਹੀ ਚੱਲਦਾ ਜਾਂ ਇੱਕ ਗੱਡੀ ਹੈ ਛੋਟੀ ਗੱਡੀ ਉਹਦੇ ਕੋਲ 2 ਵੱਡੀਆਂ ਗੱਡੀਆਂ ਮੇਰੇ ਕੋਲ 1 ਛੋਟੀ ਗੱਡੀ ਮੈਨੂੰ ਵੱਡੀ ਗੱਡੀ ਦੇ ਅਤੇ ਬਹਿ ਗਿਆ ਉਹਦੇ ਪਿੱਛੇ ਅਤੇ ਲਾਲਚ ਬਸ ਬੈਠਿਆ ਲਾਲਚ ਬਸ ਸਾਧ ਸੰਗਤ ਲੋੜ ਹੈ ਮੰਗੋ ਜੇ ਲੋੜ ਹੈ ਤੇ ਮੰਗੋ ਪਰ ਜੇ ਲਾਲਚ ਬਸ ਮੰਗ ਰਹੇ ਹੋ ਤੇ ਫਿਰ ਆਸ ਨਾ ਰੱਖਿਓ ਆਖੋ ਸਤਨਾਮ ਫਿਰ ਤਾਂ ਕਰਮਾ ਸੇਤੀ ਗੱਲ ਬਣਨੀ ਹੈ ਕਰਮਾ ਸੇਤੀ ਗੱਲ ਬਣੇਗੀ ਕਰਮਾ 'ਚ ਹੈ ਤਾਂ ਠੀਕ ਨਹੀਂ ਹੈ ਤੇ ਫਿਰ ਇੱਦਾਂ ਹੀ ਤੁਰੀ ਜਾਏਗਾ ਪਰ ਇੱਕ ਚੀਜ਼ ਮੈਂ ਗੱਲ ਕਰਦੇ ਹਾਂ ਜਿਸ ਚੀਜ਼ 'ਤੇ ਜਿਸ ਮੰਗ 'ਤੇ ਗੁਰੂ ਦੀ ਪ੍ਰਸੰਨਤਾ ਹੋ ਗਈ ਉਹ ਤੇਰੇ ਕਰਮਾਂ 'ਚ ਹੈ ਕਿ ਨਹੀਂ ਆਖੋ ਸਤਨਾਮ ਤੇਰੇ ਕਰਮਾਂ 'ਚ ਹੈ ਕਿ ਨਹੀਂ ਜੇ ਗੁਰੂ ਦੀ ਪ੍ਰਸੰਨਤਾ ਬਣ ਗਈ ਨਾ ਜੇ ਗੁਰੂ ਦੇਣ 'ਤੇ ਆ ਗਿਆ ਤੇਰੇ ਕਰਮਾਂ 'ਚ ਨਹੀਂ ਵੀ ਹੈ ਨਾ ਤੇ ਚੁੱਕ ਕੇ ਤੇਰੀ ਝੋਲੀ 'ਚ ਦਾਤ ਪਾ ਦੇਗਾ ਜਿਹੜੀ ਤੂੰ ਮੰਗਦਾ ਪਿਆ ਆਖੋ ਸਤਨਾਮ ਮੌਜ ਦੇ ਘਰ 'ਚ ਆ ਜਾਣ ਸਭ ਕੁਛ ਵਸਗਤ ਸਾਹਿਬ ਹੈ ਆਪੇ ਕਰਨ ਕਰੇ ਸਭ ਕੁਝ ਮੇਰੇ ਸਤਿਗੁਰੂ ਜੀ ਦੇ ਹੱਥ ਵਸ ਹੈ ਜੀ ਕੀ ਨਹੀਂ ਹੈ ਜਿਹਦੀ ਝੋਲੀ 'ਚ ਜਿਹੜੀ ਮਰਜ਼ੀ ਸਤਸੰਗਤ ਦਾਤ ਦੀ ਮੁੱਠੀ ਖੋਲ ਦੇਣ ਆਖੋ ਸਤਨਾਮ ਜਿਹੜੀ ਮਰਜ਼ੀ ਦਾਤ ਦੀ ਮੁੱਠੀ ਖੋਲ ਦੇਣ ਇਹ ਤਾਂ ਮਾਲਕ ਨੇ ਜੋ ਮਰਜ਼ੀ ਕਰ ਲੈ ਬਸ ਗੱਲ ਇੰਨੀ ਹੈ ਸਤਸੰਗਤ ਜੀ ਸਾਨੂੰ ਰਿਝਾਣਾ ਹਾਂ ਬੰਦਾ ਕਿਰਾਏ 'ਤੇ ਰਹਿੰਦਾ ਪਿਆ ਔਖਾ ਹੋਇਆ ਪਿਆ ਮਿਹਣੇ ਪੈਂਦੇ ਨੇ ਕਿਰਾਏ ਦੇ ਘਰ ਦੇ ਵਿੱਚ ਸਤਸੰਗਤ
ਆਪਣੀ ਮਰਜ਼ੀ ਨਾਲ ਬੰਦਾ ਕੰਮ ਨਹੀਂ ਕਰ ਸਕਦਾ, ਆਪਣੀ ਮਰਜ਼ੀ ਨਾਲ। ਕਈ ਥਾਵਾਂ 'ਤੇ ਤਾਂ ਇਹ ਹੁੰਦਾ, ਕਈ ਦਾਸ ਨੂੰ ਦੱਸਦੇ ਨੇ, ਕਹਿੰਦੇ ਜੀ ਅਸੀਂ ਕਿਰਾਏ 'ਤੇ ਰਹਿੰਦੇ ਹਾਂ, ਮਕਾਨ ਮਾਲਕ ਸਵੇਰੇ ਸਵੇਰੇ ਜਦੋਂ ਆਪਾਂ ਲਾਈਟ ਜਲਾਉਂਦੇ ਹਾਂ ਉਹਦੇ 'ਤੇ ਵੀ ਇਤਰਾਜ਼ ਕਰਦੇ ਨੇ, ਆਖੋ ਸਤਨਾਮ। ਆਪਣੀ ਮਰਜ਼ੀ ਨਾਲ ਲਾਈਟ ਨਹੀਂ ਜਲਾ ਸਕਦੇ, ਆਪਣੀ ਮਰਜ਼ੀ ਨਾਲ ਖੜਕਾ ਨਹੀਂ ਕਰ ਸਕਦੇ। ਹਾਂ, ਉਸ ਵਾਸਤੇ ਤੂੰ ਬਹਿਣਾ, ਬਹਿ ਗਰੀਬ ਨਿਵਾਜ, ਭਾਵੇਂ ਛੋਟੀ ਕੁੱਲੀ ਦੇ ਭਾਵੇਂ ਵੱਡੀ ਦੇ, ਤੇਰੀ ਮੌਜ ਭਰਦੇ ਆਪਣੀ ਦੇ ਆਪਣੇ। ਇਹ ਲਾਲਚ ਨਹੀਂ, ਇਹ ਲਾਲਚ ਨਹੀਂ। ਸਤਸੰਗਤ, ਇੱਥੇ ਮੈਂ ਇੱਕ ਗੱਲ ਹੋਰ ਬੋਲਾਂਗਾ, ਜਦੋਂ ਮੰਗਣ ਦੀ ਵਾਰੀ ਆਉਂਦੀ ਹੈ ਨਾ, 90% ਦੁਨੀਆ ਜਦੋਂ ਮੰਗ ਕਰਦੀ ਹੈ ਤਾਂ ਦੁਨੀਆ ਵੀ ਮੰਗ ਕਰਦੀ ਹੈ, ਦੁਨੀਆ ਵੀ ਆ ਦੇ ਦੇ ਆ ਦੇ ਦੇ ਆ ਦੇ ਦੇ। 10% ਜਿਹੜੇ ਅਧਿਆਤਮੀ ਨੇ, 10% ਸਾਧ ਸੰਗਤ, ਉਹ ਐਸੇ ਨੇ ਜਿਹੜੇ ਨਿਤਨੇਮ ਮੰਗਦੇ, ਜਿਹੜਾ ਅੰਮ੍ਰਿਤ ਵੇਲਾ ਮੰਗਦੇ, ਜਿਹੜਾ ਬੰਦਗੀ ਮੰਗਦੇ ਨੇ, ਜਿਹੜੇ ਦਰਸ਼ਨ ਮੰਗਦੇ ਨੇ, ਜਿਹੜਾ ਸਤਸੰਗਤ ਦੀਆਂ ਘੜੀਆਂ ਮੰਗਦੇ ਨੇ, ਸਾਧ ਸੰਗਤ ਜੀ ਜਿਹੜਾ ਮਿਲਾਪ ਮੰਗਦੇ ਨੇ, ਆਖੋ ਸਤਨਾਮ। ਇਹ ਗਰੀਬ ਨੇ ਵਾਜ ਵਿਛੜਿਆ ਤੇਰੇ ਤੋਂ, ਹੁਣ ਤਾਂ ਮੇਲ ਲੈ, ਮੇਲ ਲਿਓ ਤੇ ਹਲ ਟੈ ਪਏ। ਜਦੋਂ ਘਰ ਦੀਆਂ ਲੋੜਾਂ ਪੂਰੀਆਂ ਹੋ ਜਾਣ, ਫਿਰ ਇੱਕ ਕਦਮ ਦਰਗਾਹੀ ਵਾਲਾ ਵੀ ਵਧਾਇਆ ਕਰੋ। ਹੁਣ ਲੋੜ ਪੂਰੀ ਹੋ ਗਈ, ਦੂਜੀ ਲੋੜ ਪੈਦਾ ਕਰ ਲਈ ਤੁਸੀਂ, ਉਹ ਪੂਰੀ ਹੋ ਗਈ, ਤੀਜੀ ਪੈਦਾ ਕਰ ਲਈ, ਤੀਜੀ ਹੋ ਗਈ, ਚੌਥੀ ਪੈਦਾ ਕਰ ਲਈ। ਭਾਵ ਕਹਿਣ ਦਾ ਇੱਕ ਗੱਡੀ ਨਾਲ ਸਰਦਾ ਨਹੀਂ, ਹੁਣ ਆਟੋਮੈਟਿਕ ਗੱਡੀ ਲੈਣੀ ਹੈ, ਉਹ ਲੈ ਲਈ, ਹੁਣ ਲੋੜ ਹੋਰ ਵਧਾਤੀ, ਉਹ ਮੰਗ ਪੂਰੀ ਕੀਤੀ, ਨਹੀਂ ਹੁਣ ਇਸ ਤੋਂ ਉੱਪਰ ਦੀ ਗੱਡੀ ਲੈਣੀ। ਲੋੜ ਜਿੱਦਾਂ ਵਧਾਈ ਜਾਓਗੇ ਸਾਧ ਸੰਗਤ, ਉਹ ਤਾਂ ਫਿਰ ਮੁੱਕਣੀਆਂ ਨਹੀਂ ਨਾ, ਉਹ ਤਾਂ ਮੁੱਕਣੀਆਂ। ਖਾਹਿਸ਼ਾਂ ਤਾਂ ਇੱਕ ਬਾਦਸ਼ਾਹ ਦੀ ਵੀ ਪੂਰੀ ਨਹੀਂ ਹੋ ਸਕਦੀਆਂ, ਲੋੜਾਂ ਤਾਂ ਭਾਵੇਂ ਇੱਕ ਮੰਗਤੇ ਦੀ ਵੀ ਪੂਰੀ ਹੋ ਜਾਂਦੀਆਂ ਨੇ। ਆਖੋ ਸਤਨਾਮ। ਕਰਮਾਂ ਵਾਲਿਓ, ਜਿੱਥੇ ਤੁਹਾਨੂੰ ਤੁਹਾਡੀ ਲੋੜ ਪੂਰੀ ਹੋਈ, ਥੋੜ੍ਹਾ ਜਿਹਾ ਸੰਤੋਖ ਦਾ ਖਾਨਾ ਰੱਖਦਿਆਂ, ਸੰਤੋਖ ਦਾ, ਹੁਣ ਜਿਸ ਮਿਸ਼ਨ ਵਾਲੇ ਪਾਸੇ ਸਾਨੂੰ ਘੱਲਿਆ ਗਿਆ ਸੀ, ਜਿਸ ਮਿਸ਼ਨ ਵਾਲੇ ਪਾਸੇ ਸਾਨੂੰ ਇਸ ਮਾਤ ਲੋਕ 'ਚ ਭੇਜਿਆ ਗਿਆ ਸੀ, ਜਾਂ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ, ਓਏ ਕਦੇ ਹੁਣ ਉਹਦੇ ਮਿਲਾਪ ਦੀ ਵੀ ਖਿੱਚ ਕਰ, ਕਦੇ ਉਹਦੀ ਗੋਦੀ ਦੀ ਵੀ ਮੰਗ ਕਰ, ਕਦੇ ਨਿਤਨੇਮ ਦੀ ਮੰਗ ਕਰੋ, ਕਦੇ ਅੰਮ੍ਰਿਤ ਵੇਲੇ ਦੀ ਮੰਗ ਕਰੋ, ਕਦੇ ਸਤਸੰਗਤ ਦੀ ਮੰਗ ਕਰੋ, ਇਹ ਭੁੱਖ ਦੀ ਮੰਗ ਕਰੋ। ਗਰੀਬ ਨਿਵਾਜ, ਸਾਰੀਆਂ ਭੁੱਖਾਂ ਲੱਗੀਆਂ, ਕਿਰਪਾ ਕਰ ਮੈਨੂੰ ਆ ਨਾਮ ਦੀ ਭੁੱਖ ਲਾ ਦੇ। ਆਖੋ ਸਤਨਾ। ਔਰ ਬਹਿ ਜਾਈ ਭਰੋਸੇ ਤੇ, ਬਹਿ ਜਾਈ ਭਰੋਸੇ, ਦੇਗਾ ਤਾਂ ਉੱਠਾਂਗਾ, ਦੇਗਾ ਤਾਂ ਉੱਠਾਂਗਾ। ਸਤਿਗੁਰ ਜੀ ਆਪੇ ਹੀ ਵਿਦ ਦੱਸਦੇ ਨੇ, ਕਹਿੰਦੇ ਪਾਵੋ ਦਾਨ ਮਿਲ ਜਾਏਗਾ, ਤੀਠ ਬਣ ਜਾ ਇਸ ਘਰ ਦਾ। ਆਖੋ ਸਤਨਾਮ। ਤੀਠ ਬਣ ਜਾ, ਇੰਨਾ ਢੀਠ ਬਣ ਜਾ, ਇੰਨਾ ਢੀਠ ਬਣ ਜਾ, ਦੇ ਮਾਲਕਾ ਦੇ। ਚਾਰ ਬੰਦੇ ਤੈਨੂੰ ਦੂਜਾ ਤੀਜਾ ਚੌਥਾ ਦਰ ਵਿਖਾ ਰਹੇ ਨੇ, ਤੇ ਉਹਨਾਂ ਨੂੰ ਤੂੰ ਤੁਤਕਾਰ ਦਿੰਦਾ, ਉਹ ਨਾ ਬਾਈ ਨਹੀਂ ਜਾਣਾ ਮੈਂ ਦੂਜੇ ਘਰ, ਨਹੀਂ ਜਾਣਾ ਤੀਜੇ ਘਰ, ਨਹੀਂ ਮੰਗਣਾ ਮੈਂ ਕਿਸੇ ਕੋਲ, ਮੈਂ ਆਪਣੇ ਮਾਲਕ ਕੋਲੋਂ ਮੰਗਣਾ, ਦੇ ਨਾ ਮਾਲਕਾ। ਹੁਣ ਤਾਂ ਰੋਕੀ ਵੀ ਮਿਹਣੇ ਮਾਰਦੇ ਨੇ, ਦੇ ਨਾ।
ਜਾਣਾ ਤਾਂ ਮੈਂ ਕਿਸੇ ਘਰ ਨਹੀਂ, ਕਿਸੇ ਦਰ ਨਹੀਂ, ਤੂੰ ਦੇਣਾ ਦੇ, ਨਹੀਂ ਦੇਣਾ ਨਾ ਦੇ, ਰਹਿਣਾ ਇੱਥੇ ਹੀ ਹੈ। ਪਰ ਸੱਚਿਆ ਪਾਤਸ਼ਾਹ ਦੇ ਦੇਗਾ ਤੇ ਮੇਰੇ ਗਰੀਬ ਦਾ ਕੁਝ ਬਣ ਜਾਏਗਾ। ਆਖੋ ਸਤਨਾ, ਬਹਿ ਜਾਓ ਬਹਿ ਜਾਓ, ਔਰ ਇੱਕ ਭਰੋਸੇ ਚ ਬੈਠੋ। ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਜੋ ਮੰਗੋ ਸੋਈ ਸੋਈ ਪਾਓ, ਜੋ ਮੰਗੋ ਸੋਈ ਸੋਈ ਪਾਓ, ਜੋ ਮੰਗੋ ਸੋਈ ਸੋਈ ਖਸਮ ਪਰੋਸਾ, ਆਪਣੇ ਖਸਮ ਪਰੋਸਾ ਜੀ, ਆਪਣੇ ਖਸਮ ਪਰੋਸਾ, ਆਪਣੇ ਖਸਮ ਪਰੋਸਾ। ਤਨ ਗੁਰ ਕਲਗੀਆਂ ਵਾਲੇ, ਤਨ ਗੁਰ ਬਾਜਾਂ ਵਾਲੇ, ਤਨ ਗੁਰ ਕਲਗੀਆਂ ਵਾਲੇ ਬਾਬਾ, ਤਨ ਗੁਰ ਬਾਜਾਂ ਵਾਲੇ, ਤਨ ਗੁਰ ਕਲਗੀਆਂ ਵਾਲੇ ਵਾਲੇ, ਤਨ ਗੁਰ ਬਾਜਾਂ ਵਾਲੇ, ਤਨ ਗੁਰ ਕਲਗੀਆਂ ਵਾਲੇ, ਤਨ ਗੁਰ ਬਾਜਾਂ ਵਾਲੇ, ਤਨ ਗੁਰ ਕਲਗੀਆਂ ਵਾਲੇ, ਤਨ ਗੁਰ ਬਾਜਾਂ ਵਾਲੇ ਜੀ, ਤਨ ਗੁਰ ਕਲਗੀਆਂ ਵਾਲੇ, ਤਨ ਗੁਰ ਬਾਜਾਂ ਵਾਲੇ, ਤਨ ਗੁਰ ਕਲਗੀਆਂ ਵਾਲੇ, ਤਨ ਗੁਰ ਬਾਜਾਂ ਵਾਲੇ। ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਹਾਂਜੀ ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ। ਕਰੋ ਅਨੁਗ੍ਰਹਿ ਪਤਿਤ ਉਧਾਰਨ, ਕਰੋ ਅਨੁਗ੍ਰਹਿ ਪਤਿਤ ਉਧਾਰਨ, ਕਰੋ ਅਨੁਗ੍ਰਹਿ। ਬੇਨਤੀ ਕਰਦਾ ਵਾ ਕਿਹਦੇ ਅੱਗੇ? ਪਤਿਤ ਉਧਾਰਨ, ਇਹ ਪਾਪੀਆਂ ਨੂੰ ਪਾਰ ਲੰਘਾਉਣ ਵਾਲਿਆ, ਇਹ ਮੈਲੇ ਕਰਮ ਕੱਟਣ ਵਾਲਿਆ, ਇਹ ਵਿਛੜਿਆਂ ਨੂੰ ਮੇਲ ਕਰਾਉਣ ਵਾਲਿਆ, ਕਰੋ ਅਨੁਗ੍ਰਹਿ ਪਤਿਤ ਉਧਾਰਨ, ਕਰੋ ਅਨੁਗ੍ਰਹਿ ਪਤਿਤ ਉਧਾਰਨ, ਰਾਖ ਸੁਆਮੀ ਆਪ ਪਰੋਸੈ, ਰਾਖ ਸੁਆਮੀ ਆਪ ਪਰੋਸੈ, ਰਾਖ ਸੁਆਮੀ ਆਪ ਪਰੋਸੈ, ਆਪ ਪਰੋਸੈ, ਆਪ ਪਰੋਸੈ,
ਗੁਰ ਬਾਜਾਂ ਵਾਲੇ ਧੰਨ ਗੁਰ ਕਲਗੀਆਂ ਵਾਲੇ ਬਾਬਾ ਧੰਨ ਗੁਰ ਬਾਜਾਂ ਵਾਲੇ ਉਹ ਧੰਨ ਗੁਰ ਕਲਗੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ ਵਾਲੇ ਕਲਗੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ ਜੀ ਆਪ ਪਰੋਸੇ ਆਪ ਪਰੋਸੇ ਆਪ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਵਾਹਿਗੁਰੂ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਸੋਈ ਸੋਈ ਦੇਵੈ ਸੋਈ ਸੋਈ ਦੇਵੈ ਸੋਈ ਸੋਈ ਦੇਵੈ ਆਪਣੇ ਖਸਮ ਪਰੋਸਾ ਆਪਣੇ ਖਸਮ ਪਰੋਸਾ ਪਰੋਸਾ ਆਪਣੇ ਖਸਮ ਪਰੋ ਤੇਰੀ ਟੇਕ ਤੇਰਾ ਆਧਾਰਾ ਤੇਰੀ ਟੇਕ ਤੇਰਾ ਆਧਾਰਾ ਤੇਰੀ ਟੇਕ ਤੇਰਾ ਆਧਾਰਾ ਤੇਰੀ ਟੇਕ ਤੇਰਾ ਆਧਾਰਾ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਤੇਰੀ ਟੇਕ ਤੇਰਾ ਆਧਾਰਾ ਤੇਰੀ ਟੇਕ ਤੇਰਾ ਆਧਾਰਾ ਤੇਰੀ ਟੇਕ ਤੇਰਾ ਦੇ ਤੂੰ ਰੱਖੇ ਹੱਥ ਦੇ ਤੂੰ ਰੱਖੇ ਹੱਥ ਦੇ ਤੂੰ ਰੱਖੇ ਹੱਥ ਦੇ ਤੂੰ ਰੱਖੇ ਹੱਥ ਦੇ ਤੂੰ ਰੱਖੇ ਤੇਰੀ ਟੇਕ ਤੇਰਾ ਆਧਾਰ ਟੇਕ ਵਾਲਿਆਂ ਦੇ ਬੇੜੇ ਪਾਰ ਨੇ ਸਿਦਕ ਵਾਲਿਆਂ ਦੇ ਬੇੜੇ ਪਾਰ ਨੇ ਭਰੋਸੇ ਤੇ ਬੈਠਣ ਵਾਲਿਆਂ ਦੇ ਬੇੜੇ ਪਾਰ ਨੇ ਸਤਸੰਗਤ ਪਾਰ ਨੇ ਨਨਕਾਣਾ ਸਾਹਿਬ ਦੇ ਦੱਖਣ ਵਾਲੇ ਪਾਸੇ ਇੱਕ ਪਿੰਡ ਸੀ ਉੱਥੇ ਇੱਕ ਸਿੱਖ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਭਾਈ ਸ਼ਾਮੂ
ਬੜੀ ਮਹਾਨ ਕਿਰਪਾ ਸੀ ਇਸ ਸਿੱਖ ਦੇ ਉੱਪਰ, ਭਾਈ ਸ਼ਾਮੂ ਜੀ ਦੇ ਉੱਪਰ। ਬਾਣੀ ਪੜ੍ਹਨੀ, ਅੰਮ੍ਰਿਤ ਵੇਲਾ ਸੰਭਾਲਣਾ, ਸੋਹਣਾ ਜੀਵਨ ਸੀ। ਤੇ ਜਦੋਂ ਇਹਨਾਂ ਨੇ ਬਾਣੀ ਪੜ੍ਹਨੀ, ਜਪਜੀ ਸਾਹਿਬ ਦਾ ਜਦੋਂ ਪਾਠ ਕਰਨਾ, ਤੇ ਇੱਕ ਲਾਈਨ ਆਈ ਜੀ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ। ਇੱਥੇ ਇਹ ਆ ਕੇ ਰੁਕ ਜਾਇਆ ਕਰਦੇ ਸੀ, ਔਰ ਕੁਝ ਸਮਾਂ ਰੁਕ ਕੇ ਇਹ ਵਿਚਾਰ ਆਉਂਦੀ ਸੀ ਕਿ ਇਹ ਪੰਗਤੀ ਦੇ ਅਰਥ ਕੈਸੇ ਹੋ। ਇੱਕ ਮਨ ਦੇ ਵਿੱਚ ਸਾਧ ਸੰਗਤ ਇਹਨਾਂ ਦੇ ਸੀ ਕਿ ਬਈ ਆ ਪੰਗਤੀ ਦੇ ਅਰਥ ਜਦੋਂ ਮੈਂ ਸਤਿਗੁਰਾਂ ਕੋਲ ਗਿਆ ਜ਼ਰੂਰ ਪੁੱਛਾਂ, ਭਾਵੇਂ ਇਹਦੇ ਅਰਥ ਪੰਗਤੀ ਦੇ ਕਲੀਅਰ ਨੇ, ਪਰ ਜਿਹਦੀ ਚੁੰਬੀ ਸਾਧ ਸੰਗਤ ਡੂੰਘੀ ਹੈ ਨਾ, ਉਹ ਤਹਿ ਤੱਕ ਜਾਂਦਾ। ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੇ ਪਾਲ, ਸਪਸ਼ਟ ਨੇ ਅਰਥ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜ ਦੀ ਕੰਧ ਟੁੱਟੇ ਤੇ ਪਾਲ ਟੁੱਟੇ। ਪਾਤਸ਼ਾਹ ਨੇ ਜਵਾਬ ਦਿੱਤਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਜਿਹੜਾ ਡੂੰਘੀ ਚੁੱਭੀ ਮਾਰਦਾ ਨਾ ਸਾਸਨ, ਉਹ ਫਿਰ ਕਹਿੰਦਾ ਸਚਿਆਰ ਕੈਸਾ ਹੋਏ, ਕਿਹੋ ਜੀ ਕੰਧ ਹੈ, ਕੰਧ ਟੁੱਟਣ ਤੋਂ ਬਾਅਦ ਕਿਹੋ ਜਿਹਾ ਜੀਵਨ ਹੈ। ਫਿਰ ਡੂੰਘੀ ਚੁੱਭੀ ਵਾਲਾ ਇੱਥੇ ਤੱਕ ਜਾਂਦਾ। ਭਾਈ ਸ਼ਾਮੂ ਜੀ ਇਹ ਜਦੋਂ ਪੰਗਤੀ ਪੜ੍ਹਿਆ ਕਰਦੇ ਤੇ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾ, ਅਨੁਭਵ ਕਰਿਆ ਕਰਦੇ ਕਿਵੇਂ ਇਹ ਪੰਗਤੀ ਵਰਤਦੀ ਹੋਈ। ਸਮਾਂ ਬਣਿਆ, ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਕਾਫਲਾ ਤੁਰਿਆ। ਭਾਈ ਸ਼ਾਮੂ ਜੀ ਵੀ ਇਸ ਕਾਫਲੇ ਦੇ ਵਿੱਚ ਪਹੁੰਚੇ ਕੀਰਤਪੁਰ ਸਾਹਿਬ, ਦਰਸ਼ਨ ਕੀਤੇ, ਕੁਝ ਦਿਨ ਰਹੇ, ਸੇਵਾ ਕੀਤੀ। ਹੁਣ ਸਾਧ ਸੰਗਤ ਤੁਰਨ ਦਾ ਵੇਲਾ ਆਇਆ। ਜਿਤਨੇ ਦਿਨ ਇੱਥੇ ਰਹੇ, ਮਨ ਦੇ ਵਿੱਚ ਇਹ ਚੱਲਦਾ ਰਹਿੰਦਾ ਸੀ ਕਿ ਅੱਜ ਪੁੱਛਦਾ ਅੱਜ ਪੁੱਛਦਾ, ਪਰ ਪੁੱਛਿਆ ਨਹੀਂ ਜਾਂਦਾ ਸੀ। ਕਈ ਵਾਰੀ ਸਤਸੰਗ ਹੁੰਦਾ ਜਿਹਦੇ ਨਾਲ ਬਹੁਤ ਪਿਆਰ ਹੋਵੇ, ਬਹੁਤ ਜਿਹਦੇ ਲਈ ਸਤਿਕਾਰ ਹੋਵੇ, ਬੰਦਾ ਕਈ ਵਾਰੀ ਉਹਨੂੰ ਬਹੁਤ ਕੁਝ ਪੁੱਛਣਾ ਚਾਹੁੰਦਾ, ਪਰ ਜਦੋਂ ਸਾਹਮਣੇ ਆਉਂਦਾ ਨਾ ਉਹਨਾਂ ਦੇ, ਸਭ ਕੁਝ ਭੁੱਲ ਜਾਂਦਾ। ਘਰ ਆ ਕੇ ਫਿਰ ਕਹਿੰਦਾ ਮੈਂ ਆਹ ਵੀ ਪੁੱਛਣਾ ਸੀ, ਆਹ ਵੀ ਪੁੱਛਣਾ ਸੀ, ਆਹ ਵੀ ਪੁੱਛਣਾ ਸੀ, ਰਹਿ ਹੀ ਗਿਆ। ਅਤੇ ਇੱਦਾਂ ਹੀ ਭਾਈ ਸ਼ਾਮੂ ਜੀ ਦੇ ਨਾਲ ਰੋਜ਼ ਅੱਜ ਪੁੱਛਦਾ ਅੱਜ ਪੁੱਛਦਾ, ਪਰ ਜਦੋਂ ਸਤਿਗੁਰੂ ਜੀ ਦੇ ਸਨਮੁਖ ਹੋਣਾ, ਦਰਸ਼ਨ ਕਰਦੇ ਹੀ ਸਾਧ ਸੰਗਤ ਬਸ ਮੋਹਿਤ ਹੋ ਜਾਣਾ, ਸਤਿਗੁਰਾਂ ਦੇ ਬਚਨ ਸੁਣਨ 'ਚ ਲੱਗ ਜਾਣਾ, ਭੁੱਲ ਹੀ ਜਾਣਾ ਕਿ ਮੈਂ ਕੁਝ ਪੁੱਛਣਾ। ਫਿਰ ਜਦੋਂ ਉੱਠਣਾ ਫਿਰ ਸੋਚਦਾ ਸੀ ਕਿ ਅੱਜ ਕਿਉਂ ਨਹੀਂ ਪੁੱਛਿਆ, ਕੱਲ੍ਹ ਪੁੱਛਾਂਗਾ। ਇੱਦਾਂ ਸਾਧ ਸੰਗਤ ਹੁਣ ਤੁਰਨ ਦਾ ਵੇਲਾ ਆਇਆ। ਜਦੋਂ ਤੁਰਨ ਦਾ ਵੇਲਾ ਆਇਆ ਤਾਂ ਸਾਰੇ ਭੁਗਤਦੇ ਪਏ ਨੇ, ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਦੇ ਰਹੇ ਨੇ, ਖੁਸ਼ੀਆਂ ਦੇ ਦੇ ਕੇ ਤੁਰਦੇ ਪਏ ਨੇ। ਜਦੋਂ ਆਈ ਨਾ ਭਾਈ ਸ਼ਾਮੂ ਜੀ ਦੀ ਵਾਰੀ, ਚਰਨਾਂ 'ਤੇ ਮੱਥਾ ਰੱਖ ਦਿੱਤਾ, ਖੁਸ਼ੀਆਂ ਮੰਗੀਆਂ ਸੱਚੇ ਪਾਤਸ਼ਾਹ, ਆ ਗਿਆ ਬਖਸ਼ੋ, ਖੁਸ਼ੀਆਂ ਝੋਲੀ 'ਚ ਪਾਓ। ਪਾਤਸ਼ਾਹ ਕਹਿੰਦੇ ਰਹਿਮਤਾਂ ਨੇ ਗੁਰੂ ਨਾਨਕ ਦੀ, ਭਾਈ ਸ਼ਾਮੂ ਜੀ ਰਹਿਮਤਾਂ ਨੇ। ਜਦੋਂ ਸਾਧ ਸੰਗਤ ਦੋ ਕਦਮ ਅੱਗੇ ਵਧਾਏ ਤੁਰਨ ਲੱਗੇ ਤੇ ਮਹਾਰਾਜ ਨੇ ਪਿੱਛੋਂ ਆਵਾਜ਼ ਮਾਰੀ, ਕਹਿੰਦੇ ਭਾਈ ਸ਼ਾਮੂ ਜੀ, ਕਦਮ ਰੁਕ ਗਏ। ਜੀ ਪਾਤਸ਼ਾਹ, ਕਹਿੰਦੇ ਜਿਹੜਾ ਸਵਾਲ ਘਰੋਂ ਲੈ ਕੇ ਆਏ ਹੋ, ਪੁੱਛਣਾ ਪੁੱਛਣਾ ਪੁੱਛਣਾ, ਇੰਨੇ ਦਿਨ ਹੋ ਗਏ ਪੁੱਛਣਾ ਪੁੱਛਣਾ, ਕਹਿੰਦੇ ਘੱਟੋ ਘੱਟ ਸਵਾਲ ਪੁੱਛ ਕੇ ਉਹਦਾ ਜਵਾਬ ਤਾਂ ਲੈ ਜਾਓ, ਉਹਦਾ ਜਵਾਬ ਤਾਂ ਲੈ ਜਾਓ। ਚਰਨਾਂ 'ਤੇ ਡਿੱਗੇ ਕਹਿੰਦੇ ਮਹਾਰਾਜ,
ਤੁਸੀਂ ਅੰਤਰ ਜਾਮੀ ਹੋ, ਅੰਤਰ ਜਾਮੀ ਸਭ ਵਿਦ ਜਾਣੇ ਤਾਂ ਕਿਸ ਪੈ ਆਖ ਸੁਣਾਈ ਹੈ। ਗਰੀਬ ਨੇ ਆਵਾਜ਼, ਤੁਹਾਡੇ ਦਰੋਂ ਤੁਹਾਡੇ ਘਰੋਂ ਕੋਈ ਖਾਲੀ ਨਹੀਂ ਜਾਂਦਾ, ਕੋਈ ਸਵਾਲੀ ਖਾਲੀ ਨਹੀਂ ਜਾਂਦਾ। ਕੀ ਪੁੱਛਣਾ ਚਾਹੁੰਦੇ ਸੀ? ਕਹਿੰਦੇ ਮਹਾਰਾਜ ਜਦੋਂ ਇਹ ਪੰਗਤੀ ਆਉਂਦੀ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਅੱਛਾ, ਇਹ ਸਚਿਆਰਾ ਕਿਵੇਂ, ਇਹ ਭਾਲ, ਇਹ ਕੰਧ ਕਿਵੇਂ ਟੁੱਟਣੀ, ਕੂੜ ਦੀ ਕਿਵੇਂ? ਮਹਾਰਾਜ ਦੇ ਅਰਥ ਕਰਕੇ ਦੱਸੋ। ਮਹਾਰਾਜ ਬੜੇ ਮੁਸਕੁਰਾਏ, ਗੁਰੂ ਹਰਿ ਰਾਏ ਸਾਹਿਬ ਮਹਾਰਾਜ ਕਹਿੰਦੇ ਭਾਈ ਸ਼ਾਮੂ ਜੀ, ਅਰਥ ਪੁੱਛ ਕੇ ਗਿਆਨੀ ਬਣਨਾ ਜੇ ਕਿ ਵਾਕਈ ਸੱਚਮੁੱਚ ਸਚਿਆਰ ਬਣਨਾ, ਕੋ ਸਤਨਾਮ। ਅਰਥ ਪੁੱਛ ਕੇ ਗਿਆਨ ਪ੍ਰਾਪਤ ਕਰਨਾ ਗਿਆਨੀ ਬਣਨਾ ਕਿ ਵਾਕਈ ਸੱਚਮੁੱਚ ਸਚਿਆਰ ਬਣਨਾ, ਕਿਵ ਸਚਿਆਰਾ ਹੋਈ ਹੈ, ਕਿਵ। ਕਈ ਵਾਰੀ ਅਸੀਂ ਸਾਧ ਸੰਗਤ ਜਿਹੜੀ ਬਾਣੀ ਪੜ੍ਹਦੇ ਹਾਂ, ਅਰਥ ਵਿਚਾਰਦੇ ਹਾਂ, ਬਾਣੀ ਵਿਚਾਰ ਕੇ ਪੜ੍ਹਦੇ ਹਾਂ, ਕਈ ਵਾਰੀ ਗਿਆਨ ਲੈਣ ਵਾਸਤੇ, ਔਰ ਇਹ ਇਸ ਵਾਸਤੇ ਹੁੰਦਾ ਕਿ ਚਾਰ ਬੰਦਿਆਂ 'ਚ ਜਦੋਂ ਅਸੀਂ ਬੈਠੀਏ, ਜਦੋਂ ਚਰਚਾ ਹੋਵੇ ਤਾਂ ਸਾਡਾ ਮਾਣ ਵਧੇ, ਸਾਡਾ ਰੁਤਬਾ ਵਧੇ, ਜੀ ਕਿ ਇਹਨੂੰ ਬੜਾ ਗਿਆਨ ਹੈ। ਗਿਆਨ ਖਾਤਰ ਕਈ ਵਾਰੀ ਆਪਾਂ ਬਾਣੀ ਨੂੰ ਵਿਚਾਰਦੇ, ਪਰ ਕਈ ਐਸੇ ਨੇ ਜਿਹੜਾ ਬਾਣੀ ਨੂੰ ਵਿਚਾਰਦੇ ਨੇ ਬਾਣੀ ਦਾ ਰੂਪ ਹੋਣ ਵਾਸਤੇ। ਆਖੋ ਸਤਨਾਮ। ਬਾਣੀ ਨੂੰ ਵਿਚਾਰਦੇ ਨੇ ਬਾਣੀ 'ਚ ਭੇਦ ਹੋਣ ਵਾਸਤੇ, ਬਾਣੀ ਨੂੰ ਕਮਾਉਣ ਵਾਸਤੇ। ਭਾਈ ਸ਼ਾਮੂ ਜੀ, ਅਰਥ ਪੁੱਛ ਕੇ ਗਿਆਨੀ ਬਣਨਾ ਜੇ ਕਿ ਸੱਚਮੁੱਚ ਸਚਿਆਰ ਬਣਨਾ। ਡਿੱਗੇ ਸਾਧ ਸੰਗਤ ਚਰਨਾਂ ਤੇ ਮੱਥਾ ਰੱਖ ਦਿੱਤਾ, ਚਰਨਾਂ ਤੇ ਮੱਥਾ ਰੱਖ ਦਿੱਤਾ। ਮਹਾਰਾਜ ਨੇ ਇੱਦਾਂ ਚੁੱਕਿਆ, ਕਹਿੰਦੇ ਦੱਸਿਆ ਨਹੀਂ ਜੀ, ਕਹਿੰਦੇ ਪਾਤਸ਼ਾਹ ਨਹੀਂ ਬਣਨਾ ਮੈਨੂੰ ਗਿਆਨੀ, ਉਹ ਮੈਨੂੰ ਸਚਿਆਰ ਹੀ ਬਣਾ ਦੇ। ਆਖੋ ਸਤਨਾਮ। ਕਹਿੰਦੇ ਤੁਹਾਡੇ ਹੱਥ ਵਸ ਕੀ ਨਹੀਂ, ਕੀ ਨਹੀਂ, ਕੀ ਕਰਾਂਗਾ ਗਿਆਨੀ ਬਣ ਕੇ, ਗਰੀਬ ਨਿਵਾਜ ਸਚਿਆਰ ਹੀ। ਮਹਾਰਾਜ ਬੜੇ ਖੁਸ਼, ਬੜੇ ਖੁਸ਼, ਸਿਰ ਤੇ ਹੱਥ ਰੱਖਿਆ, ਪਿੱਠ ਤੇ ਹੱਥ ਫੇਰ ਕੇ ਪਿਆਰ ਦਿੱਤਾ। ਕਹਿੰਦੇ ਸ਼ਾਮੂ ਨਿਹਾਲ, ਨਿਹਾਲ, ਨਿਹਾਲ ਮੇਰੇ ਬੱਚੇ, ਨਿਹਾਲ। ਕਹਿੰਦੇ ਅੱਜ ਤੋਂ ਬਾਅਦ ਤੁਸੀਂ ਖਾਲੀ ਭਾਈ ਸ਼ਾਮੂ ਨਹੀਂ, ਅੱਜ ਤੋਂ ਬਾਅਦ ਤੁਸੀਂ ਭਾਈ ਸ਼ਾਮੂ ਸਚਿਆਰ ਹੋਏ। ਆਖੋ ਸਤਨਾਮ। ਸਚਿਆਰ, ਸਚਿਆਰ ਦੀ ਪਦਵੀ ਦੇ ਦਿੱਤੀ ਭਾਈ ਸ਼ਾਮੂ ਸਚਿਆਰ। ਕਹਿੰਦੇ ਜਾਓ ਹੁਣ ਤੁਹਾਡੇ ਬੋਲਾਂ ਦੇ ਵਿੱਚ ਗੁਰੂ ਵਰਤਣਗੇ, ਗੁਰੂ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਤੁਹਾਡੇ ਬੋਲਾਂ 'ਚ ਗੁਰੂ ਵਸਣਗੇ। ਟੁੱਟਿਆਂ ਨੂੰ ਗੁਰੂ ਨਾਲ ਜੋੜੋ, ਘਰ ਜਾ ਕੇ ਧਰਮਸਾਲ ਬਣਾਓ। ਧਰਮਸਾਲ ਦੇ ਸਵੇਰੇ ਸ਼ਾਮ ਕੀਰਤਨ ਹੋਵੇ, ਸਿੱਖੀ ਦੇ ਪ੍ਰਚਾਰ ਹਿੱਤ ਜੀਵਨ ਲਾਓ ਆਪਣਾ। ਜੀ ਪਾਤਸ਼ਾਹ ਸਤਿ ਚਰਨਾਂ ਤੇ ਮੱਥਾ ਟੇਕਿਆ, ਅਸੀਸ ਲਈ ਘਰੇ ਆ ਗਿਆ। ਹੁਣ ਡਾਢੀ ਕਮਾਈ, ਸਚਿਆਰ ਜੋ ਹੋ ਗਏ, ਅੰਦਰ ਸੱਚ ਆ ਗਿਆ, ਸੱਚ ਸੱਚ ਨਾਲ ਮੇਲ ਹੋ ਗਿਆ। ਉਹ ਰੱਬ ਸੱਚ ਹੈ, ਵਾਹਿਗੁਰੂ ਜੀ ਸੱਚ ਨੇ, ਬਾਣੀ ਸੱਚ ਹੈ, ਅੰਦਰ ਵਾਸਾ ਹੋ ਗਿਆ ਉਸ ਸੱਚ ਦਾ, ਸਚਿਆਰ ਜੋ ਬਣ।
ਹੁਣ ਸਤਸੰਗਤ ਕਮਾਈਆਂ ਹੋਰ ਵੱਧ ਗਈਆਂ, ਅੱਗੇ ਹੀ ਜੀਵਨ ਨਿਖਰਿਆ ਸੀ, ਹੁਣ ਜੀਵਨ ਹੋਰ ਸ਼ਿੰਗਾਰਿਆ ਗੁਰੂ ਦੇ ਬੋਲਾਂ ਕਰਕੇ। ਬੜੀ ਦੂਰ ਦੂਰ ਤੱਕ ਮਹਾਨਤਾ ਮਹਿਮਾ ਭਾਈ ਸ਼ਾਮੂ ਸਚਿਆਰ ਜੀ ਦੀ ਹੋਣ ਲੱਗੀ। ਕਿਸੇ ਨੂੰ ਕੋਈ ਬੋਲਦੇ, ਕੋਈ ਬਚਨ ਕਰਦੇ, ਸੱਤ ਹੋ ਜਾਂਦਾ। ਬਹੁਤ ਘੱਟ ਬੋਲਦੇ ਸਨ, ਬਹੁਤ ਘੱਟ, ਖਾਲੀ ਨਾਮ ਜਪਾਉਣ ਦੀ ਗੱਲ ਕਰਦੇ। ਜਪੋ ਜਪਾਓ, ਬੰਦਗੀ ਕਰੋ, ਸੇਵਾ ਕਰੋ। ਬੜਾ ਰੁਤਬਾ ਬਣ ਗਿਆ ਸੀ ਭਾਈ ਸ਼ਾਮੂ ਸਚਿਆਰ ਜੀ। ਸਮਾਂ ਤੁਰਦਾ ਤੁਰਦਾ ਸਤਸੰਗ ਆਪਣੀ ਚਾਲ ਚੱਲਦਾ ਗਿਆ ਤੇ ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਆ ਗਿਆ। ਭਾਈ ਸ਼ਾਮੂ ਸਚਿਆਰ ਜੀ ਦੀ ਉਮਰ ਵਡੇਰੀ ਹੋ ਗਈ, ਸਰੀਰ ਬਿਰਧ ਹੋ ਗਿਆ। ਜ਼ਿਕਰ 'ਚ ਲਿਖਿਆ ਇੱਕ ਮਾਈ ਜਿਹਦਾ ਇੱਕੋ ਇੱਕ ਪੁੱਤਰ ਸੀ, ਤਕਰੀਬਨ 7-7.5 ਸਾਲ ਦੀ ਉਮਰ ਸੀ ਉਸ ਬੱਚੇ ਦੀ, ਔਰ ਤਬੀਅਤ ਖਰਾਬ ਹੋ ਗਈ ਕਾਫੀ। ਵੈਦਾਂ ਕੋਲੋਂ ਇਲਾਜ, ਹਕੀਮਾਂ ਕੋਲੋਂ ਇਲਾਜ, ਬੜਾ ਕੁਝ ਇਲਾਜ ਕਰਾਇਆ, ਫਰਕ ਨਾ ਪਿਆ। ਤੇ ਸਾਰਿਆਂ ਦੀ ਆਸਥਾ ਸੀ ਭਾਈ ਸ਼ਾਮੂ ਸਚਿਆਰ ਜੀ ਦੇ ਉੱਪਰ। ਬੱਚੇ ਨੂੰ ਚੁੱਕਿਆ ਤੇ ਚੁੱਕ ਕੇ ਲਿਆਂਦਾ ਤੇ ਅੱਗੇ ਭਾਈ ਸ਼ਾਮੂ ਜੀ ਦੇ ਪਾਸ ਤੱਕ, ਕਹਿੰਦੇ ਮਹਾਂਪੁਰਸ਼ੋ ਕਰੋ ਕਿਰਪਾ, ਮੇਰਾ ਇਕਲੌਤਾ ਬੱਚਾ, ਕਿਰਪਾ ਕਰੋ ਰਾਜੀ ਕਰਕੇ ਮੇਰੀ ਝੋਲੀ 'ਚ ਪਾਓ। ਅੱਛਾ, ਕੋਲ ਬਿਠਾ ਲਿਆ ਉਹ ਬੱਚੇ ਨੂੰ ਤੇ ਬਾਣੀ ਪੜ੍ਹੀ। ਬਾਣੀ ਪੜ੍ਹ ਕੇ ਫਿਰ ਉੱਠੇ, ਕਿਹੜੀ ਥਾਂ ਤੇ ਗਏ, ਜਿੱਥੋਂ ਸੰਗਤਾਂ ਅੰਦਰ ਆਉਂਦੀਆਂ ਨੇ ਧਰਮਸਾਲ 'ਚ ਅੰਦਰ ਆਉਂਦਾ, ਤੇ ਉੱਥੋਂ ਸੰਗਤਾਂ ਦੀ ਚਰਨ ਧੂੜੀ ਚੁੱਕੀ। ਚਰਨ ਧੂੜੀ ਚੁੱਕ ਕੇ ਮਸਤਕ ਨੂੰ ਲਗਾ ਕੇ ਨਾ ਉਸ ਬੱਚੇ ਦੇ, ਕੁਛ ਬੱਚੇ ਦੇ ਮਸਤਕ ਨੂੰ ਲਾ ਕੇ ਤੇ ਕਹਿੰਦੇ ਧੰਨ ਗੁਰੂ ਨਾਨਕ। ਆਖੋ ਸਤਨਾਮ, ਧੰਨ ਗੁਰੂ ਨਾਨਕ। ਜਦੋਂ ਧੂੜੀ ਮਸਤਕ ਨੂੰ ਲਾਈ, ਬੱਚਾ ਨਵਾਂ ਨਰੋਵਾ ਹੋ ਗਿਆ, ਨਵਾਂ ਨਰੋਵਾ ਹੋ ਗਿਆ। ਮਾਂ ਦੇ ਚਿਹਰੇ 'ਚ ਖੁਸ਼ੀਆਂ ਆ ਗਈਆਂ, ਬੱਚੇ ਨੂੰ ਲੈ ਕੇ ਚਲੀ ਗਈ। ਕੁਝ ਮਹੀਨੇ ਲੰਘੇ ਨੇ, ਸੁਣੋ ਧਿਆਨ ਦੇਣਾ, ਫਿਰ ਬੱਚੇ ਨੂੰ ਉਹੀ ਬਿਮਾਰੀ। ਹੁਣ ਇਸ ਵੇਲੇ ਡਾਢਾ ਕੰਮ ਜ਼ਿਆਦਾ ਜ਼ਿਆਦਾ ਤੇ ਦੌੜਦੀ ਆਈ, ਫਿਰ ਹੁਣ ਕਿਸੇ ਵੈਦ ਕੋਲ ਨਹੀਂ ਗਈ ਉਹ ਮਾਤਾ, ਕਹਿੰਦੇ ਦੌੜਦੀ ਆਈ ਭਾਈ ਸ਼ਾਮੂ ਸਚਿਆਰ ਜੀ ਕੋਲ। ਮਹਾਂਪੁਰਸ਼ੋ, ਪਿਛਲੀ ਵਾਰੀ ਤੁਸੀਂ ਕਿਰਪਾ ਕੀਤੀ ਸੀ ਉਹ ਬਿਮਾਰੀ, ਫਿਰ ਇਸ ਬੱਚੇ ਨੂੰ ਤੁਸੀਂ ਕਿਰਪਾ ਕਰੋ। ਮਹਾਂਪੁਰਖਾਂ ਨੇ ਉੱਦਾਂ ਹੀ ਕੀਤਾ, ਬਾਣੀ ਪੜ੍ਹੀ, ਚਰਨ ਧੂੜੀ ਮਸਤਕ ਨੂੰ ਲਾਈ, ਬੱਚਾ ਰਾਜੀ ਹੋ ਗਿਆ। ਸਮਾਂ ਲੰਘਿਆ, ਥੋੜਾ ਸਮਾਂ ਲੰਘਿਆ, ਤੀਜੀ ਵਾਰੀ ਬੱਚਾ ਸਾਧ ਸੰਗਤ ਫਿਰ ਬਿਮਾਰ। ਹੁਣ ਤੀਜੀ ਵਾਰੀ ਜਦੋਂ ਮਾਈ ਚੁੱਕ ਕੇ ਲਿਆਈ, ਸਾਹਮਣੇ ਬੱਚਾ ਪਿਆ ਹੋਇਆ, ਤੇ ਜਦੋਂ ਸ਼ਾਮੂ ਸਚਿਆਰ ਜੀ ਨੇ ਵੇਖਿਆ, ਕਹਿੰਦੇ ਮਾਈ ਹੁਣ ਕੀ ਹੋਇਆ, ਕਹਿੰਦੇ ਜੀ ਫਿਰ ਉਹੀ ਰੋਗ, ਕਰੋ ਕਿਰਪਾ। ਤੇ ਸ਼ਾਮੂ ਸਚਿਆਰ ਜੀ ਮੁਸਕਰਾ ਪਏ, ਕਹਿੰਦੇ ਮਾਈ ਹੁਣ ਇਹ ਸਾਡੇ ਵੱਸ ਦਾ ਰੋਗ ਨਹੀਂ। ਆਖੋ ਸਤਨਾਮ, ਹੁਣ ਸਾਡੇ ਵੱਸ ਦਾ ਰੋਗ। ਮੁਸਕਰਾ ਕੇ ਸ਼ਾਮੂ ਜੀ ਕਹਿਣ ਲੱਗੇ, ਕਹਿੰਦੇ ਮਾਈ ਹੁਣ ਇਹ ਸਾਡੇ ਵੱਸ ਦੀ ਗੱਲ ਨਹੀਂ, ਸਾਡੇ ਵੱਸ ਦੀ ਗੱਲ ਨਹੀਂ ਮਹਾਰਾਜ, ਦੋ ਵਾਰੀ ਆਪ ਜੀ ਨੇ ਰਾਜੀ ਕੀਤਾ, ਹੁਣ ਤੁਹਾਡੇ ਵੱਸ ਦੀ ਗੱਲ ਕਿਉਂ ਨਹੀਂ।
ਕਹਿੰਦੇ ਮਾਈ ਦੱਸਣਾ ਤਾਂ ਨਹੀਂ ਚਾਹੁੰਦੇ ਸੀ, ਹੁਣ ਉਜਿਦ ਕਰਦੀ ਆ ਤੇ ਦੱਸ ਦਿੰਦੇ। ਇਸ ਬੱਚਿਆਂ ਦੀ ਉਮਰ ਇਸ ਵੇਲੇ ਤਕਰੀਬਨ 8.5 ਸਾਲ ਹੈ। ਕਹਿੰਦੇ ਜੀ ਮਹਾਰਾਜ 8.5 ਸਾਲ। ਕਹਿੰਦੇ ਇਹਦੀ ਉਮਰ ਨਿਰੰਕਾਰ ਵੱਲੋਂ ਕੇਵਲ 9 ਸਾਲ ਦੀ ਆ। ਤੋ ਸਤਨਾਮ। ਇਹਨੇ ਹੁਣ ਥੋੜੇ ਚਿਰਾਂ ਬਾਅਦ ਚੜ੍ਹਾਈ ਕਰ ਜਾਣੀ, ਮਰ ਜਾਣਾ ਤੇਰੇ ਬੱਚੇ। ਜਦੋਂ ਮਾਂ ਦੇ ਸਾਹਮਣੇ ਇੰਨੀ ਗੱਲ ਕੀਤੀ ਤਾਂ ਹਾਂ ਨਿਕਲ ਗਈਆਂ ਮਾਂ ਦੀਆਂ, ਬਾਹਰ ਨਿਕਲ ਗਈ। ਲੈ ਜਾ ਮਾਈ ਆਪਣੇ ਬੱਚੇ ਨੂੰ, ਹੁਣ ਤਾਂ ਥੋੜਾ ਸਮਾਂ ਰਹਿ ਗਿਆ, ਕਰ ਜਿਹੜੀ ਸੇਵਾ ਕਰਨੀ ਚਾਹੁੰਦੀ ਹੈ ਇਹਦੀ। ਵਾਹ ਵਾਹ। ਘਰ ਆਈ ਵੇਲ ਪਏ ਹੋਏ ਨੇ, ਰੋਣਾ ਪਿੱਟਣਾ। ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲਿਆ। ਸਤਸੰਗ ਜਦੋਂ ਏਦਾਂ ਦਾ ਸੀਨ ਬਣਿਆ ਤੇ ਕੁਝ ਸੂਝਵਾਨ ਪੁਰਖਾਂ ਨੇ ਕਿਹਾ, ਕਹਿੰਦੇ ਜੇ ਸ਼ਾਮੂ ਸਚਿਆਰ ਜੀ ਨੂੰ ਇਹ ਗੱਲ ਪਤਾ ਫਿਰ ਹੱਲ ਵੀ ਉਹਨਾਂ ਕੋਲ ਜ਼ਰੂਰ ਹੋਏ। ਮਾਈ ਚੱਲ ਚੱਲ, ਕੋਈ ਨਾ ਕੋਈ ਤਾਂ ਹੱਲ ਜ਼ਰੂਰ ਕੱਢਣਗੇ। ਬੱਚੇ ਨੂੰ ਚੁੱਕ ਤੇ ਚੁੱਕ ਕੇ ਸਾਧ ਸੰਗਤ ਲੈ ਗਏ ਸ਼ਾਮੂ ਸਚਿਆਰ ਜੀ ਕੋਲ। ਲੰਮਾ ਪਾਤਾ ਕਹਿੰਦੇ ਮਹਾਰਾਜ ਜੇ ਤੁਹਾਨੂੰ ਰੋਗ ਪਤਾ ਫਿਰ ਨਿਵਿਰਤੀ ਵੀ ਕਰੋ, ਜੇ ਤੁਹਾਨੂੰ ਪਤਾ ਕਿ 9 ਸਾਲ ਦੀ ਉਮਰ 'ਚ ਬੱਚਾ ਚਲਾ ਜਾਏਗਾ ਫਿਰ ਕੁਝ ਕਰੋ। ਕਹਿੰਦੇ ਨਾ ਬਾਈ, ਹੁਣ ਸਾਡੇ ਹੱਥ ਵਸ ਨਹੀਂ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਹਾਂ ਜੇ ਕੋਈ ਕਰ ਸਕਦਾ ਤੇ ਇੱਕੋ ਹੀ ਹੈ, ਇੱਕੋ ਹੀ ਹੈ। ਕਹਿੰਦੇ ਮਹਾਰਾਜ ਕੌਣ? ਕਹਿੰਦੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਆਖੋ ਸਤਨਾਮ। ਭਾਈ ਸ਼ਾਮੂ ਸਚਿਆਰ ਜੀ ਬੋਲਦਿਆਂ ਬੋਲਦਿਆਂ ਵੈਰਾਗ 'ਚ ਆ ਗਏ। ਕਹਿੰਦੇ ਮੇਰੇ ਬਾਜਿਆਂ ਵਾਲੇ, ਕਹਿੰਦੇ ਇਹਦੀ ਤਾਂ ਉਮਰ ਹਾਲੇ ਫਿਰ ਕੁਝ ਪਈ ਆ ਨਾ। ਓ ਮੇਰੇ ਬਾਜਾਂ ਵਾਲੇ ਤਾਂ ਉਹ ਨੇ ਮ੍ਰਿਤਕ ਕੋ ਜਿਵਾਲਣ ਹਾਰ, ਭੁੱਖੇ ਕੋ। ਕਹਿੰਦੇ ਮੇਰੇ ਬਾਜਾਂ ਵਾਲੇ ਉਹ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ। ਇਹ ਤਾਂ ਫਿਰ ਜੀਉਂਦਾ ਹੈ, ਉਹ ਤਾਂ ਮੁੜਦਿਆਂ 'ਚ ਜਾਨ ਫੂਕ ਦੇਣ। ਆਸ ਬੱਜ ਗਈ ਮਾਂ ਨੂੰ, ਕਹਿੰਦੇ ਮਾਈ ਬੱਚੇ ਨੂੰ ਚੁੱਕ, 10-15 ਸਰੀਰ ਹੋਰ ਪਿਆਰ ਵਾਲੇ ਨਾਲ ਲਓ, ਜਾਓ ਜਾਓ ਬਾਜਾਂ ਵਾਲੇ ਦੇ ਦਰਬਾਰ 'ਚ ਸ੍ਰੀ ਅਨੰਦਪੁਰ ਸਾਹਿਬ। ਤੇ ਜਦੋਂ ਤੁਰਨ ਲੱਗੇ ਕਹਿੰਦੇ ਮਾਈ ਕਿੱਦਾਂ ਜਾਏਗੀ, ਕਿੱਦਾਂ ਜਾਏਗੀ? ਕਹਿੰਦੇ ਜੀ ਕੋਈ ਗੱਡਾ ਗੁੱਡਾ ਕਰਾਂਗੇ, ਕੁਝ ਕੁਝ ਕਰਾਂਗੇ, ਚਾਹਾਂਗੇ ਕੋਈ ਸਾਧਨ ਲੈ ਕੇ। ਕਹਿੰਦੇ ਉਹ ਮਾਈ ਏਦਾਂ ਨਹੀਂ, ਆ ਨਹੀਂ ਮੈਂ ਪੁੱਛਿਆ, ਕਿੱਦਾਂ ਜਾਏਗੀ ਇਹ ਦੱਸ। ਤੇ ਸੂਝਵਾਨ ਕੋਈ ਕੋਲ ਖੜਾ ਸੀ, ਹੱਥ ਜੋੜੇ ਕਹਿੰਦੇ ਮਹਾਰਾਜ ਆਪ ਜੀ ਦੱਸੋ ਕਿਵੇਂ ਜਾਈਏ। ਕਹਿੰਦੇ ਕਰਮਾਂ ਵਾਲੇ ਉਹ ਪਹਿਲੇ ਅਰਦਾਸ ਸੋਧੋ, ਇੱਥੇ ਖੜ ਕੇ ਪਹਿਲੇ ਅਰਦਾਸ ਸੋਧੋ ਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ, ਫਿਰ ਇੱਕ ਭਾਵਨਾ ਰੱਖ ਕੇ ਜਾਏ, ਇੱਕ ਅਕੀਦਾ ਰੱਖ ਕੇ ਜਾਇਓ, ਇੱਕ ਭਰੋਸਾ ਪੂਰੀ ਟੇਕ 'ਚ ਜਾਇਓ। ਇੰਨੀ ਜੀ ਵੀ ਤਰੇੜੀ ਨਾ ਰੱਖਿਓ, ਇੰਨੀ ਬਸ ਇਹ ਸੋਚ ਕੇ ਜਾਣਾ ਕਿ ਬਾਜਾਂ ਵਾਲੇ ਦੇ ਦਰਬਾਰ 'ਚ ਚੱਲੇ ਹਾਂ ਤੇ ਝੋਲੀਆਂ ਭਰਵਾ ਕੇ ਆਵਾਂਗੇ, ਹਰ ਹਾਲ 'ਚ ਝੋਲੀਆਂ ਭਰਵਾ ਕੇ ਆਵਾਂਗੇ। ਵੱਡੇ ਨੇ, ਵੱਡੇ ਦਾ ਦਰਬਾਰ ਹੈ, ਵੱਡੀਆਂ ਦਾ ਤਾਂ ਝੋਲੀ 'ਚ ਪਾਉਂਦੇ ਨੇ। ਅਤ ਸ਼ਰਧਾ, ਵੱਡੀ ਸ਼ਰਧਾ, ਸਤਿਗੁਰ ਵੱਡਾ ਕਰ ਸਲਾਈ, ਵੱਡੀ ਸ਼ਰਧਾ ਰੱਖ ਕੇ ਜਾਇਓ, ਵੱਡੀ ਸ਼ਰਧਾ। ਜੀਵਾਂ ਪੁਰਸ਼ ਸਤ ਆਪ ਜੀ ਨੇ ਕਿਹਾ ਅਰਦਾਸ, ਫਿਰ ਸਾਡੇ ਵਿੱਚੋਂ ਸਭ ਤੋਂ ਸ਼ਰਧਾਵਾਨ
ਸਮਰਥਾਵਾਨ ਆਪ ਜੀ ਹੋ। ਤੁਹਾਡੇ ਤੋਂ ਵੱਡੀ ਸ਼ਰਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਿਹਦੀ ਹੈ, ਕਿਸੇ ਦੀ? ਤੁਹਾਡੇ ਤੋਂ ਵੱਡੀ ਸਮਰਥਾ ਸਾਡੇ ਵਿੱਚੋਂ ਕਿਹਦੀ ਹੈ, ਕਿਸੇ ਦੀ? ਆਪ ਜੀ ਕਰੋ ਵੇਲ ਸਤ ਸੰਗਤ ਜੀ ਗੱਲ ਚ ਪਾਇਆ ਮੱਲਾ। ਅਰਦਾਸ ਕਰ ਰਹੇ ਨੇ ਭਾਈ ਸ਼ਾਮੂ ਸਚਿਆਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਆ ਬਾਲਕ ਮਾਤਾ ਲੈ ਕੇ ਆ ਰਹੀ ਹੈ, ਗਰੀਬ ਨਿਵਾਜ ਤੁਹਾਡੇ ਘਰ ਕਿਹੜੇ ਘਾਟੇ ਨੇ, ਤੁਹਾਡੇ ਘਰ ਕਿਹੜੇ ਘਾਟੇ ਨੇ? ਇਹ ਗਰੀਬ ਨਿਵਾਜ ਮਾਂ ਦੇ ਕੋਲੋਂ ਬੱਚਾ ਚਲਾ ਜਾਵੇ, ਮਾਂ ਦਾ ਦੁੱਖ ਬਹੁਤ ਵੱਡਾ ਹੋ ਜਾਂਦਾ, ਬਹੁਤ ਵੱਡਾ। ਆਪ ਜੀ ਕਿਰਪਾ ਕਰਿਓ, ਆਏ ਦੀ ਬਾਂਹ ਪਕੜਿਓ, ਆਏ ਦੀ ਲਾਜ ਰੱਖਿਓ, ਗਰੀਬ ਦੀ ਬੇਨਤੀ ਤੁਹਾਡੇ ਚਰਨਾਂ ਪਾਸ, ਆਏ ਦੀ ਲਾਜ ਰੱਖਿਓ। ਬਸ ਇੰਨੀ ਗੱਲ ਕਹੀ ਕਹਿੰਦੇ ਹੁਣ ਜਾਓ। ਰਸਤੇ 'ਚ ਦਰਸ਼ਨ ਕਰਦਿਆਂ ਜਾਣਾ, ਗੁਰੂ ਧਾਮਾਂ ਦੇ ਦਰਸ਼ਨ ਕਰਦਿਆਂ, ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਜਿਤਨਾ ਸਫ਼ਰ ਹੋਵੇ ਸਾਰਾ ਸਫ਼ਰ ਤੁਹਾਡਾ ਭਗਤੀ ਵਾਲਾ ਹੋ। ਦੁਨਿਆਵੀ ਗੱਲਾਂ ਨਾ ਕਰਨਾ, ਜੁਗਤੀਆਂ ਦੱਸੀਆਂ ਜੀ, ਜੁਗਤੀਆਂ ਦੱਸੀਆਂ, ਜੁਗਤੀਆਂ ਦੱਸ ਕੇ ਸਾਧ ਸੰਗਤ ਤੋਰਿਆ, ਨਨਕਾਣਾ ਸਾਹਿਬ ਤੋਂ ਤੁਰੇ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ, ਅੰਮ੍ਰਿਤਸਰ ਸਾਹਿਬ ਤੋਂ ਤੁਰੇ ਨੇ ਸਾਧ ਸੰਗਤ ਕੀਰਤਪੁਰ ਸਾਹਿਬ ਪਹੁੰਚੇ, ਕੀਰਤਪੁਰ ਸਾਹਿਬ ਤੋਂ ਤੁਰੇ ਨੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ, ਔਰ ਸਾਰੇ ਰਸਤੇ ਬਾਣੀ ਦਾ ਪਹਿਰਾ, ਸਿਮਰਨ ਦਾ ਪਹਿਰਾ, ਅੰਮ੍ਰਿਤ ਵੇਲਾ, ਸੰਧਿਆ ਵੇਲਾ ਸਾਹਮਣਾ, ਬੇਨਤੀਆਂ ਜੋਦਣੀਆਂ ਕਰਨੀਆਂ ਸਤ ਸੰਗਤ, ਔਰ ਸਾਰੇ ਰਸਤੇ ਪ੍ਰੇਮ ਦੇ ਵਿੱਚ ਬਾਣੀ ਪੜ੍ਹਦੇ ਹਾਂ। ਕੀ ਕਹਿੰਦੇ ਸਨ ਜੀ? ਜੋ ਮੰਗੋ ਸੋਈ ਸੋਈ ਪਾਓ, ਕਹਿੰਦੇ ਹੇ ਪਾਤਸ਼ਾਹ ਮੈਂ ਸੁਣਿਆ, ਉਹ ਮਾਂ ਕਹਿੰਦੀ ਮੈਂ ਸੁਣਿਆ ਤੇਰੇ ਦਰ ਤੋਂ ਜੋ ਮੰਗੋ, ਜੋ ਮੰਗੋ ਸੋਈ ਸੋਈ ਪਾਓ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਫਿਰ ਵਿੱਚ ਪੰਗਤੀਆਂ ਲਾਵੇ, ਪੰਗਤੀਆਂ ਓ ਮੈਂ ਆਇਆ ਸ਼ਰਣੀ ਆਇਆ, ਓ ਮੈਂ ਆਇਆ ਸ਼ਰਣੀ ਆਇਆ, ਪਰੋਸੈ ਆਇਆ ਕਿਰਪਾ, ਕਿਰਪਾਇਆ ਤਉ ਮੈਂ ਆਇਆ
ਸ਼ਰਣੀ ਬਾਜਾਂ ਵਾਲੇ ਧਨਗੁਰ ਕਲਗੀਆਂ ਵਾਲੇ ਧਨਗੁਰ ਬਾਜਾਂ ਵਾਲੇ ਉਹ ਧਨਗੁਰ ਕਲਗੀਆਂ ਵਾਲੇ ਧਨਗੁਰ ਬਾਜਾਂ ਵਾਲੇ ਧਨਗੁਰ ਕਲਗੀਆਂ ਵਾਲੇ ਧਨਗੁਰ ਬਾਜਾਂ ਵਾਲੇ ਜਦੋਂ ਬਹੁਤ ਵੈਰਾਗ ਤਿਵਰ ਸਤਸੰਗਤ ਤਿਵਰ ਵੈਰਾਗ ਜਦੋਂ ਆ ਜਾਵੇ ਸਿਖਰ ਤੇ ਵੈਰਾਗ ਫਿਰ ਵੈਰਾਗ ਵਾਲੀਆਂ ਪੰਗਤੀਆਂ ਮਾਣ ਵਾਲੀਆਂ ਪੰਗਤੀਆਂ ਸਿਫਤ ਸਲਾਹ ਵਾਲੀਆਂ ਪੰਗਤੀਆਂ ਹੈ ਗਰੀਬ ਨਿਵਾਜ ਸਾਡੇ ਗਰੀਬਾਂ ਦਾ ਹੋਰ ਕੌਣ ਸਾਡੇ ਅਨਾਥਾਂ ਦਾ ਹੋਰ ਕੌਣ ਗਰੀਬ ਨਿਵਾਜ ਤੁਸੀਂ ਹੀ ਹੋ ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਅੰਤਰ ਕੀ ਵਿਦ ਤੁਮ ਹੀ ਜਾਨੀ ਸਜਨ ਸੋਹੇਲੇ ਅੰਤਰ ਕੀ ਵਿਦ ਤੁਮ ਹੀ ਜਾਨੀ ਤੁਮ ਹੀ ਸਜਨ ਸੋਹੇਲੇ ਇਹ ਬਾਜਾਂ ਵਾਲਿਆ ਸਾਡੇ ਅੰਦਰ ਦੀ ਵਿਦ ਤੁਸੀਂ ਹੀ ਜਾਣਦੇ ਹੋ ਕਰੋ ਕਿਰਪਾ ਓ ਅੰਤਰ ਕੀ ਵਿਦ ਤੁਮ ਹੀ ਜਾਨੀ ਤੁਮ ਹੀ ਸਜਨ ਸੋਹੇਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ 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 ਧਨਗੁਰ ਕਲਗੀਆਂ ਵਾਲੇ ਧਨਗੁਰ ਬਾਜਾਂ ਵਾਲੇ ਵਾਲੇ ਧਨਗੁਰ ਕਲਗੀਆਂ ਵਾਲੇ ਵਾਵਾ ਧਨਗੁਰ ਬਾਜਾਂ ਵਾਲੇ ਉਹ ਧਨਗੁਰ ਕਲਗੀਆਂ ਵਾਲੇ ਧਨਗੁਰ ਬਾਜਾਂ ਵਾਲੇ ਧਨਗੁਰ ਕਲਗੀਆਂ ਵਾਲੇ ਧਨਗੁਰ ਬਾਜਾਂ ਵਾਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗੈ ਅਤੋਲੇ ਮੇਰੇ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਇਹ ਪਿਆਰ ਵਾਲੇ ਬੋਲ ਇਹ ਪੰਕਤੀਆਂ ਬਾਜਾਂ ਵਾਲੇ ਦੇ ਚਰਨਾਂ 'ਚ ਰੱਖੀ ਜਾਣ ਸਫ਼ਰ ਤੈਅ ਹੋ ਰਿਹਾ ਵੈਰਾਗ ਵਿੱਚ ਪੰਗਤੀਆਂ ਸਤਸੰਗਤ ਬਾਜਾਂ ਵਾਲੇ ਦੇ ਚਰਨਾਂ ਦੇ ਅਰਪਣ ਹੋ ਰਹੀ ਕਿ ਗਰੀਬ ਨਿਵਾਜ ਬੜੀਆਂ ਆਸਾਂ ਰੱਖ ਕੇ ਆ ਰਹੇ ਆ ਤਾਂ ਮੈਂ ਆਇਆ ਸ਼ਰਨੀ
ਭਰੋਸੇ ਆਇਆ ਇਹ ਬਾਜਾਂ ਵਾਲੇ ਆ ਤੇਰੀ ਕਿਰਪਾ ਨਾਲ ਕਰ ਕਰ ਬਖਸ਼ ਪੜਾ ਦਰ ਪੜਾ ਕਰਦਿਆਂ ਕਰਦਿਆਂ ਸਾਧ ਸੰਗਤ ਪਹੁੰਚ ਗਏ ਕਿੱਥੇ ਜਿੱਥੇ ਮੇਰੇ ਬਾਜਾਂ ਵਾਲੇ ਵਿਰਾਜਮਾਨ ਨੇ ਆਨੰਦਪੁਰ ਸਾਹਿਬ ਆਖੋ ਸਤਨਾਮ ਹੁਣ ਜਦੋਂ ਪਹੁੰਚੇ ਸਾਧ ਸੰਗਤ ਦਰਸ਼ਨਾਂ ਲਈ ਜਦੋਂ ਮਹਾਰਾਜ ਦੇ ਦਰਬਾਰ 'ਚ ਆਏ ਸਾਰੇ ਇੱਕ ਇੱਕ ਕਰਕੇ ਨਤਮਸਤਕ ਹੋ ਰਹੇ ਨੇ ਜਦੋਂ ਇਸ ਬੱਚੇ ਦੀ ਵਾਰੀ ਆਈ ਮਾਤਾ ਦੀ ਵਾਰੀ ਮਾਤਾ ਨੇ ਮੱਥਾ ਟੇਕਿਆ ਬੱਚੇ ਨੂੰ ਮੱਥਾ ਟਿਕਾਇਆ ਤੇ ਬੱਚੇ ਵੱਲ ਇਸ਼ਾਰਾ ਕਰਕੇ ਕਹਿੰਦੀ ਮਾਤਾ ਕਿ ਮਹਾਰਾਜ ਇਸ ਬੱਚੇ ਦੀ ਤਬੀਅਤ ਖਰਾਬ ਹੈ ਤੁਸੀਂ ਕਿਰਪਾ ਕਰੋ ਭਾਈ ਸ਼ਾਮੂ ਜੀ ਨੇ ਭੇਜਣ ਤੋਂ ਪਹਿਲੇ ਇੱਕ ਗੱਲ ਕਹੀ ਸੀ ਕਹਿੰਦੇ ਮਹਾਰਾਜ ਦੇ ਅੱਗੇ ਕੁਝ ਵੀ ਨਾ ਬੋਲਿਓ ਕੁਝ ਕੋਈ ਰੋਗ ਨਹੀਂ ਦੱਸਣਾ ਕੁਝ ਨਹੀਂ ਦੱਸਣਾ ਕਿ ਭਾਈ ਸ਼ਾਮੂ ਜੀ ਨੇ ਇਹ ਕਿਹਾ ਕਿ ਇਹਦੀ 9 ਸਾਲ ਦੀ ਉਮਰ ਇੱਦਾਂ ਇੱਦਾਂ ਕੁਛ ਦਾਤਾਂ ਲੈਣੀਆਂ ਆਪਣਾ ਕੁਝ ਨਹੀਂ ਦੱਸਣਾ ਉਹ ਅੰਤਰਜਾਮੀ ਨੇ ਸਭ ਜਾਣਦੇ ਨੇ ਇਤਨਾ ਕਹਿਣਾ ਕਿ ਬੱਚੇ ਦੀ ਤਬੀਅਤ ਠੀਕ ਨਹੀਂ ਆਓ ਜੀ ਕਿਰਪਾ ਕਰੋ ਚਰਨਜੀਵੀ ਵਰ ਬਖਸ਼ੋ ਹੁਣ ਚਰਨਜੀਵੀ ਦਾ ਮਤਲਬ ਕੀ ਹੈ ਲੰਮੀਆਂ ਉਮਰ ਚਰਨਜੀਵੀ ਵਰ ਬਖਸ਼ੋ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਉਸ ਬੱਚੇ ਨੂੰ ਤੇ ਬੱਚੇ ਦੀ ਮਾਤਾ ਨੂੰ ਕਿਹਾ ਕਹਿੰਦੇ ਜਾਓ ਸਾਡੇ ਘੋੜਸ਼ਾਲਾ ਦੇ ਵਿੱਚ ਘੋੜਸ਼ਾਲਾ 'ਚ ਜਾਓ ਤੇ ਉੱਥੇ ਜਾ ਕੇ ਉੱਥੇ ਰਹੋ ਘੋੜਿਆਂ ਦੀ ਸੇਵਾ ਕਰੋ ਜਾ ਕੇ ਸਾਡੇ ਅੱਤ ਪਿਆਰ ਵਾਲੇ ਉੱਥੇ ਸਿੱਖ ਭਾਈ ਧੰਨਾ ਜੀ ਭਾਈ ਧੰਨਾ ਉਹਨਾਂ ਨੂੰ ਕਹਿਣਾ ਅਸੀਂ ਭੇਜਿਆ ਹੈ ਉਹ ਤੁਹਾਨੂੰ ਰਹਿਣ ਦਾ ਟਿਕਾਣਾ ਵੀ ਦੇ ਦੇਣਗੇ ਘੋੜਸ਼ਾਲ ਦੇ ਵਿੱਚ ਤੇ ਘੋੜਿਆਂ ਦੀ ਰੀਝ ਕੇ ਸੇਵਾ ਕਰੋ ਜਾਓ ਜੀ ਪਾਤਸ਼ਾਹ ਸਤਿਗੁਰ ਆਪ ਜੀ ਦਾ ਆਸਰਾ ਹੈ ਮਹਾਰਾਜ ਕੋਈ ਨਹੀਂ ਆਪ ਜੀ ਜਾਓ ਘੋੜਸਾਲ ਘੋੜਸ਼ਾਲਾ ਦੇ ਵਿੱਚ ਜਾਓ ਜੀ ਸਤਿਗੁਰ ਚਲੇ ਗਏ ਹੁਣ ਸਾਧ ਸੰਗਤ ਇਸ ਬੱਚੇ ਨੂੰ ਬਾਣੀ ਬੜੀ ਕੰਠ ਸੀ ਦਾਸ ਦੱਸਣਾ ਭੁੱਲ ਗਿਆ ਜਦੋਂ ਪਹਿਲੀ ਵਾਰੀ ਭਾਈ ਸ਼ਾਮੂ ਜੀ ਨੇ ਇਹਨੂੰ ਰਾਜੀ ਕੀਤਾ ਸੀ ਨਾ ਬੱਚੇ ਨੂੰ ਤੇ ਮਾਈ ਨੂੰ ਕਿਹਾ ਸੀ ਇਹਨੂੰ ਹੁਣ ਸਾਡੇ ਕੋਲ ਭੇਜਿਆ ਕਰ ਤੇ ਜਪਜੀ ਸਾਹਿਬ ਕੰਠ ਕਰਾਤੀ ਸੀ ਇਹਨੂੰ ਤੇ ਜਦੋਂ ਦੂਜੀ ਵਾਰੀ ਇਹ ਬਿਮਾਰ ਹੋਇਆ ਸੀ ਤੇ ਦੂਜੀ ਵਾਰੀ ਜਦੋਂ ਰਾਜੀ ਕੀਤਾ ਤੇ ਫਿਰ ਉਸ ਤੋਂ ਬਾਅਦ ਸੁਖਮਨੀ ਸਾਹਿਬ ਕੰਠ ਕਰਾਤਾ ਤੇ ਕਹਿੰਦੇ ਹਰ ਵੇਲੇ ਬਾਣੀ ਪੜ੍ਹਦਾ ਰਿਹਾ ਇਹ ਬੱਚਾ ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ ਸੀ ਸ਼ੁੱਧ ਬਾਣੀ ਕੰਠ ਸੀ ਬਾਲ ਅਵਸਥਾ ਹੈ ਔਰ ਜਦੋਂ ਬੱਚਾ ਬਾਣੀ ਪੜ੍ਹਦਾ ਬੜਾ ਆਨੰਦ ਬਣਦਾ ਕਹਿੰਦੇ ਜਦੋਂ ਇਹ ਬੱਚਾ ਤੇ ਇਹਦੀ ਮਾਤਾ ਗਏ ਤੇ ਦੱਸਿਆ ਭਾਈ ਧੰਨਾ ਸਿੰਘ ਜੀ ਨੂੰ ਕਿ ਮਹਾਰਾਜ ਨੇ ਭੇਜਿਆ ਉਹਨੇ ਫਿਰ ਰਹਿਣ ਦਾ ਟਿਕਾਣਾ ਵੀ ਦੇ ਦਿੱਤਾ ਕਹਿੰਦੇ ਆਹ ਘੋੜੇ ਨੇ ਦੱਸ ਦਿੱਤਾ ਕਿ ਇੱਦਾਂ ਘਾਹ ਛੰਡ ਕੇ ਖਿਲਾਈਦਾ ਇੱਦਾਂ ਖੁਰਾਂ ਦੇ ਵਿੱਚੋਂ ਜੋ ਲਿੱਧ ਹੈ ਉਹ ਕੱਢੀ ਦੀ ਹੈ ਇੱਦਾਂ ਇਸ਼ਨਾਨ ਕਰਾਈਦਾ ਘੋੜੇ ਨੂੰ ਇੱਦਾਂ ਸਾਫ਼ ਸਫਾਈ ਕਰੀਦੀ ਹੈ ਪੂਰੀ ਅਤੇ ਹੁਣ ਬੱਚੇ ਦਾ ਸ਼ੌਂਕ ਸੀ ਸਾਧ ਸੰਗਤ ਕਿਉਂਕਿ ਬਾਜਾਂ ਵਾਲੇ ਨੇ ਆਪਣੇ ਮੁਖਾਰਬਿੰਦ ਤੋਂ ਕਿਹਾ ਘੋੜਿਆਂ ਦੀ ਸੇਵਾ ਅਤੇ ਇਹਨੇ ਨਾ ਭਾਈ ਧੰਨਾ ਜੀ ਨੂੰ ਇੱਕ ਬੇਨਤੀ ਕੀਤੀ
ਕਹਿੰਦੇ ਜੀ ਬਾਕੀ ਮੈਂ ਸਾਰੇ ਘੋੜਿਆਂ ਦੀ ਸੇਵਾ ਕਰਾਂਗਾ ਸ਼ੌਂਕ ਨਾਲ, ਪਰ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਮੈਂ ਕਰਾਂਗਾ। ਕਹਿੰਦੇ ਦੱਸ ਬੇਟਾ। ਕਹਿੰਦੇ ਮੈਨੂੰ ਬਾਜਾਂ ਵਾਲੇ ਦੇ ਨੀਲੇ ਘੋੜੇ ਦੀ ਸੇਵਾ ਮੈਨੂੰ ਕਰਨ ਦੇਵਾ, ਪਸੰਦ ਨਾ। ਨੀਲੇ ਘੋੜੇ ਦੀ ਸੇਵਾ, ਬਾਜਾਂ ਵਾਲੇ ਦਾ ਘੋੜਾ ਸੀ ਜਿੱਥੇ ਬਾਜਾਂ ਵਾਲੇ ਆਪ ਸਵਾਰੀ ਕਰਦੇ ਸਨ, ਉਹ ਨੀਲੇ ਦੀ ਸੇਵਾ ਮੈਨੂੰ ਦੇ ਦੇ। ਭਾਈ ਧੰਨਾ ਜੀ ਕਹਿਣ ਲੱਗੇ, ਕਹਿੰਦੇ ਉੱਦਾਂ ਤਾਂ ਅਸੀਂ ਦੇਈਦਾ ਨਹੀਂ, ਮਹਾਰਾਜ ਦਾ ਆਪਣਾ ਘੋੜਾ ਹੈ ਨੀਲਾ, ਉੱਦਾਂ ਦੇਈਦਾ ਨਹੀਂ, ਪਰ ਬੇਟੇ ਚੱਲ ਤੇਰਾ ਮਨ ਹੈ, ਤੂੰ ਨੀਲੇ ਦੀ ਸੇਵਾ ਕਰ। ਹੁਣ ਇੰਨਾ ਉਹਨੂੰ ਚਾਹ, ਇੰਨਾ ਚਾਹ ਸਾਧ ਸੰਗਤ ਭਾਈ, ਨੀਲੇ ਘੋੜੇ ਦੀ ਸੇਵਾ ਉਹ ਗੁਰੂ ਗੋਬਿੰਦ ਸਿੰਘ ਦੀ ਸੇਵਾ ਸਮਝ ਕੇ ਕਰਿਆ ਕਰਿਆ ਕੋ ਸਤਨਾ ਜਾਨ ਲਾ ਜਾਨ ਲਵਾ ਲਵਾ ਘਾ ਛਕਾਵੇ, ਇਸ਼ਨਾਨ ਕਰਾਵੇ, ਲਿੱਦ ਚੱਕੇ, ਹਰ ਚੀਜ਼ ਪੂਰਾ ਮਤਲਬ ਸਾਫ਼ ਸਫਾਈ ਰੱਖਣੀ, ਉਸ ਸਥਾਨ ਦੀ ਸਾਫ਼ ਸਫਾਈ ਰੱਖਣੀ, ਕੋਈ ਨਿੱਕਾ ਜਿਹਾ ਗੰਦ ਨਹੀਂ ਪੈਣ ਦੇਣਾ। ਔਰ ਜਦੋਂ ਫਰੀ ਹੋਣਾ ਤੇ ਜਿਤਨੇ ਉੱਥੇ ਆਉਣੇ, ਕਦੇ ਸੁਖਮਨੀ ਸਾਹਿਬ ਦਾ ਪਾਠ ਇਸ ਬੱਚੇ ਨੇ ਸ਼ੁਰੂ ਕਰ ਦੇਣਾ, ਕਦੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇਣਾ। ਭਾਈ ਧੰਨਾ ਸਿੰਘ ਜੀ ਤੇ ਹੋਰ ਜਿਹੜੇ ਸੇਵਕ ਉੱਥੇ ਸਨ ਘੋੜੇ ਦੀ ਸੇਵਾ ਵਾਸਤੇ, ਉਹ ਬੜੇ ਬੜੇ ਪ੍ਰਭਾਵਿਤ ਹੋਏ ਇਸ ਬੱਚੇ ਕੋਲ। ਕਹਿੰਦੇ ਕਾਕਾ, ਤੇਰੇ ਤੇ ਤਾਂ ਅਜੀਬ ਬਖਸ਼ਿਸ਼ ਹੈ, ਐਡੀ ਕਰ ਤੂੰ ਇੰਨੀ ਭਾਵਨਾ 'ਚ ਸੇਵਾ ਵੀ ਕਰਦਾ, ਇੰਨੀ ਭਾਵਨਾ 'ਚ ਤੂੰ ਬਾਣੀ ਵੀ ਪੜ੍ਹਦਾ, ਐਡੀ ਕਿਰਪਾ ਤੇਰੇ ਤੇ, ਕੀ ਤੁਹਾਨੂੰ ਚਾਹੀਦਾ? ਬਾਜਾਂ ਵਾਲੇ ਕੋਲ ਕਹਿੰਦੇ ਬਸ ਜੋ ਚਾਹੀਦਾ ਉਹ ਦੱਸ ਦਿੱਤਾ, ਹੁਣ ਆਪੇ ਸਤਿਗੁਰ ਬਖਸ਼ਿਸ਼ ਕਰ। ਤੇ ਜਦੋਂ ਕਿਤੇ ਵਿਹਲੇ ਹੋਣਾ, ਸੁਖਮਨੀ ਸਾਹਿਬ, ਜਪਜੀ ਸਾਹਿਬ, ਤੇ ਕਿਤੇ ਕਿਤੇ ਫਿਰ ਬੇਨਤੀਆਂ ਲਾ ਦੇਣੀਆਂ, ਕਿਤੇ ਕਿਤੇ ਬੇਨਤੀਆਂ ਲਾ ਦੇਣੀਆਂ, ਇਹ ਗਰੀਬ ਨਿਵਾਜ ਕਰ ਨਾ ਕਿਰਪਾ। ਤੁਝ ਬਿਨ ਕਵਨ ਅਵਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਤੁਝ ਬਿਨ ਕਵਨ ਅਵਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ। ਕਿਉਂਕਿ ਭਾਈ ਸ਼ਾਮੂ ਸਚਿਆਰ ਜੀ ਨੇ ਕਹਿ ਕੇ ਭੇਜਿਆ ਸੀ, ਜਿਤਨੀ ਭਾਵਨਾ ਵੱਡੀ ਰੱਖੋਗੇ, ਜਿਤਨਾ ਭਰੋਸਾ ਤੁਹਾਡਾ ਤਗੜਾ ਹੋਏਗਾ, ਤਗੜਾ, ਓਨੀ ਜਲਦੀ ਦਾਤ ਮਿਲ ਜਾਏਗੀ ਔਰ ਅਵਸ਼ ਮਿਲੇਗੀ। ਜੇ ਅਕੀਦੇ ਢਿੱਲੇ ਰਹਿ ਗਏ, ਭਰੋਸੇ ਢਿੱਲੇ ਰਹਿ ਗਏ, ਤੇ ਫਿਰ ਕੁਝ ਨਹੀਂ ਮਿਲੇਗਾ। ਇਹ ਸਾਡੇ ਵਾਸਤੇ ਵੀ ਇਹੀ ਗਿਆਨ ਹੈ ਸਾਧ ਸੰਗਤ ਜੀ। ਇੰਨੇ ਵਿਸ਼ਵਾਸ 'ਚ ਬੈਠੀਏ, ਇੰਨੇ ਅਕੀਦੇ 'ਚ ਬੈਠੀਏ, ਗੁਰੂ ਨੂੰ ਖਿੱਚ ਪੈ ਜਾਵੇ, ਝੋਲੀ ਭਰਨੀ ਹੈ ਸਿੱਖ ਦੀ ਆਖੋ ਸਤਨਾ। ਸ੍ਰੀ ਅਕਾਲ, ਤੁਝ ਬਿਨ ਕਵਨ ਅਮਾਰਾ, ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਤੁਝ ਬਿਨ ਕਰਦਿਆਂ ਕਰਦਿਆਂ ਨੂੰ 4 ਮਹੀਨੇ ਲੰਘ ਗਏ, ਇੱਧਰ ਦਿਹਾੜਾ ਆ ਗਿਆ ਜਦੋਂ 9ਵਾਂ ਸਾਲ ਖਤਮ ਹੋਣਾ, ਔਰ ਮਾਂ ਨੂੰ ਫਿਕਰ ਪਈ ਹੋਈ ਹੈ। ਭਾਈ ਸ਼ਾਮੂ ਸਚਿਆਰ ਜੀ ਨੇ ਕਿਹਾ ਵੀ 9 ਸਾਲ ਦੀ ਉਮਰ ਹੈ ਤੇ ਦਿਹਾੜੇ ਰਹਿ ਗਏ 2-3, ਤੇ 2-3 ਦਿਨ ਬਾਅਦ ਚੜ੍ਹਾਈ
ਬੱਚੇ ਨੇ ਤੁਰ ਜਾਣ, ਹੁਣ ਵੈਰਾਗ ਹੋਰ ਵਧਿਆ ਹੋਇਆ, ਬੱਚੇ ਦਾ ਵੀ ਵੈਰਾਗ ਤੇ ਮਾਂ ਦਾ ਵੀ ਵੈਰਾਗ, ਮਾਂ ਦਾ ਜ਼ਿਆਦਾ। ਤੇ ਨੀਲੇ ਘੋੜੇ ਦੀ ਸੇਵਾ ਸਾਧ ਸੰਗਤ ਨੀਲੇ ਦੇ, ਇੰਨਾ ਮਤਲਬ ਰੀਝ ਕੇ ਸੇਵਾ ਕਰਨੀ। ਜਦੋਂ ਰਹਿ ਗਿਆ ਨਾ ਅਖੀਰਲਾ ਦਿਨ, ਸੁਣਿਓ ਉਡੀਕਦੇ ਨੇ, ਉਡੀਕ ਤਾਂ ਬੜੀ ਦੇਰ ਦੀ, ਅੱਜ ਆਏ ਕੀ ਆਏ, ਅੱਜ ਆਏ ਕੀ ਆਏ, ਅੱਜ ਆਏ, ਜਾਂ ਕਿਸੇ ਨੂੰ ਭੇਜਣਗੇ, ਸੱਦਾ ਦੇਣਗੇ, ਬੁਲਾ ਲੈਣਗੇ, ਕੋਈ ਸੱਦਾ ਨਹੀਂ ਆਇਆ, ਨਾ ਬਾਜਾ ਵਾਲੇ ਆਪ ਆਏ, ਨਾ ਸੱਦਾ ਤੇ ਨਾ ਬਾਜਾ ਵਾਲੇ। ਹੁਣ ਅੱਜ ਅਖੀਰਲਾ ਦਿਨ, ਤੇ ਮਨ ਦੇ ਵਿੱਚ ਇੱਕ ਧੂਹ ਧੂਹ ਬਹਿੰਦੀ ਪਈ ਆ, ਬਾਜਾ ਵਾਲੇ ਆ, ਕਰ ਨਾ ਕਰ, ਕਰ ਨਾ ਕਰ, ਤੇਰੇ ਤੋਂ ਬਿਨਾਂ ਸਾਡਾ ਕੌਣ, ਤੇਰੇ ਤੋਂ ਬਿਨਾਂ ਸਾਡਾ ਕੌਣ। ਨੇਤਰ ਬੰਦ ਨੇ ਸੱਸ, ਤੇ ਉਧਰੋਂ ਜਦੋਂ ਇਧਰੋਂ ਬੇਨਤੀਆਂ ਚੱਲ ਰਹੀਆਂ, ਤੇ ਸੱਸ ਹਲਚਲ ਹੋਣੀ ਸ਼ੁਰੂ ਹੋਈ, ਤੇ ਆਵਾਜ਼ ਆ ਰਹੀ ਹੈ, ਮਹਾਰਾਜ ਜੀ ਆ ਰਹੇ ਨੇ, ਮਹਾਰਾਜ ਜੀ ਆ ਰਹੇ, ਬਾਦਸ਼ਾਹ ਆ ਰਹੇ, ਇਹਨਾਂ ਦੇ ਕੰਨਾਂ 'ਚ ਆਵਾਜ਼ ਪਈ, ਮਹਾਰਾਜ ਜੀ ਆ ਰਹੇ। ਭਾਈ ਧੰਨਾ ਜੀ ਦੌੜਦੇ ਇਹਨਾਂ ਵੱਲ ਆਏ, ਕਹਿੰਦੇ ਉਹ ਬੀਬੀ ਜਲਦੀ ਉੱਠ, ਸੱਚੇ ਪਾਤਸ਼ਾਹ ਆਪ ਇੱਥੇ ਆ ਰਹੇ ਨੇ। ਜਦੋਂ ਬੀਬੀ ਨੇ ਸੁਣਿਆ ਸੱਚੇ ਪਾਤਸ਼ਾਹ, ਉੱਠ ਉੱਠ ਉੱਠੀ, ਬੱਚਾ ਉੱਠਿਆ, ਦੌੜੇ ਅੱਗੇ ਸਾਧ ਸੰਗਤ, ਅੱਗੋਂ ਕੀ ਵੇਖਦੇ ਨੇ, ਬਾਜਾਂ ਵਾਲੇ ਆਪ ਕਾਲੀ ਕਾਲੀ ਦੇ ਨਾਲ ਆਉਂਦੇ ਪਏ ਨੇ। ਆਪੋ ਸਤਨਾਮ, ਕਾਲੀ ਕਾਲੀ ਦੇ ਨਾਲ ਜਿਵੇਂ ਮਹਾਰਾਜ ਨੂੰ ਕਾਲੀ ਪਈ ਹੋਵੇ ਕਿ ਹੁਣੇ ਜਾ ਕੇ ਝੋਲੀਆਂ ਭਰਦੇ, ਕਾਲੀ ਕਾਲੀ ਦੇ ਨਾਲ ਤੇ ਸਾਰੇ ਹੈਰਾਨ ਕਿ ਮਹਾਰਾਜ ਭਾਵੇਂ ਅੱਗੇ ਵੀ ਆਏ ਨੇ ਘੋੜ ਸਾਲਾਂ ਦੇ ਵਿੱਚ, ਪਰ ਐਡੀ ਕਾਲੀ ਤਾਂ ਕਦੇ ਨਹੀਂ ਕੀਤੀ, ਅੱਜ ਕਾਲੀ ਕਾਲੀ ਨਾਲ ਆ ਰਹੇ। ਤੇ ਆ ਕੇ ਨਾ ਨੀਲੇ ਦੇ ਕੋਲ ਖੜੇ ਹੋ ਗਏ। ਜਦੋਂ ਨੀਲੇ ਦੇ ਕੋਲ ਖੜੇ ਹੋਏ, ਨੀਲੇ ਦੀ ਸੇਵਾ ਵੇਖ ਕੇ ਮਹਾਰਾਜ ਬੜੇ ਪ੍ਰਸੰਨ, ਭਾਈ ਧੰਨਾ ਜੀ ਇਹ ਸਾਡੇ ਨੀਲੇ ਦੀ ਸੇਵਾ ਕੌਣ ਕਰਦਾ ਜੀ? ਪਾਤਸ਼ਾਹ ਬੱਚਾ ਇਹਨੇ ਮੰਗ ਕੇ ਸੇਵਾ ਲਈ ਸੀ, ਤੇ ਬੜੀ ਸਾਫ ਸਫਾਈ ਰੱਖੀ, ਬਈ ਖੁਰ ਦੇ ਵਿੱਚ ਇਤਨਾ ਵੀ ਮਲ ਨਹੀਂ, ਕਿਸੇ ਪਾਸੇ ਕੋਈ ਗੰਧ ਨਹੀਂ, ਧਰਤੀ ਤੇ ਕੋਈ ਗੰਧ ਨਹੀਂ। ਕਹਿੰਦੇ ਮਹਾਰਾਜ ਧੰਨ ਇਹਨਾਂ ਮਾਂ ਪੁੱਤਰਾਂ ਦੀ ਸੇਵਾ, ਇਹ ਮਾਂ ਪੁੱਤਰ ਧੰਨ ਸਾਰਾ ਸਮਾਂ ਸੇਵਾ ਦੇ ਵਿੱਚ, ਸਮਾਂ ਬਚ ਜੇ ਫਿਰ ਬਾਣੀ ਦੇ ਵਿੱਚ ਜੋਦੜੀਆਂ ਬੇਨਤੀਆਂ। ਪਾਤਸ਼ਾਹ ਪਤਾ ਨਹੀਂ ਕੀ ਦੁੱਖ ਹੈ ਇਹਨਾਂ ਨੂੰ, ਕੀ ਤੁਹਾਡੇ ਕੋਲ ਝੋਲੀਆਂ ਭਰਵਾਉਣਾ ਚਾਹੁੰਦੇ ਨੇ, ਪਰ ਸੱਚੇ ਪਾਤਸ਼ਾਹ ਸਦਕੇ ਇਹਨਾਂ ਦੇ ਪ੍ਰੇਮ ਤੋਂ, ਸਦਕੇ ਇਹਨਾਂ ਦੇ ਪ੍ਰੇਮ ਤੋਂ। ਕਹਿੰਦੇ ਧੰਨਾ ਸਿੰਘ ਜੀ ਓਏ ਸਦਕੇ ਹਾਂ ਤਾਂ ਇੱਥੇ ਆਏ ਆ ਨਾ, ਆਖੋ ਸਤਨਾਮ ਵਾਹਿਗੁਰੂ ਸਦਕੇ ਹਾਂ ਤਾਂ ਇੱਥੇ ਆਏ ਆ। ਪੱਠੇ ਚੋਂ ਸਾਧ ਸੰਗਤ ਤੀਰ ਕੱਢਿਆ, ਸੁਣਿਓ ਪੱਠੇ ਚੋਂ ਤੀਰ ਕੱਢਿਆ, ਬੱਚੇ ਨੂੰ ਕਿਹਾ ਕਾਕਾ ਇੱਧਰ ਆ, ਸਾਹਮਣੇ ਬੱਚਾ ਖੜਾ, ਤੇ ਮਹਾਰਾਜ ਨੇ ਤੀਰ ਦੇ ਨਾਲ, ਸੁਣਿਓ ਤੀਰ ਦੇ ਨਾਲ ਨੌ ਪਾਇਆ ਜੀ, ਨੌ, ਨੌ ਸਾਲ ਦੀ ਉਮਰ ਸੀ ਨਾ, ਤੀਰ ਦੇ ਨਾਲ ਮੱਥੇ ਤੇ ਨੌ ਲਿਖਿਆ,
ਤੇ 9 ਦੇ ਅੱਗੇ ਪਾਤੀ ਬਿੰਦੀ 0 ਆਖੋ ਸਤਨਾਮ 9 ਦੇ ਅੱਗੇ ਪਾਤਾ 0 ਤੇ ਕਰਤਾ 90 9 ਤੋਂ ਕਰਤਾ 90 ਤੇ ਕਹਿਣ ਲੱਗੇ ਕਹਿੰਦੇ ਮਾਈ ਉਮਰ ਤਾਂ ਅੱਜ ਮੁੱਕ ਗਈ ਸੀ ਤੇਰੇ ਮੁੰਡੇ ਦੀ ਆਖੋ ਸਤਨਾਮ ਉਮਰ ਮੁੱਕ ਗਈ ਸੀ ਤੇਰੇ ਮੁੰਡੇ ਦੀ ਪਰ ਕਰੀਏ ਕੀ ਉਹ ਜਿਹਨੇ ਤੈਨੂੰ ਭੇਜਿਆ ਸ਼ਾਮੂ ਸਚਿਆਰ ਇੱਕ ਤਾਂ ਉਹਦਾ ਬੋਲਿਆ ਹੋਇਆ ਟਾਲ ਨਹੀਂ ਸਕਦੇ ਅਰਦਾਸ ਕੀਤੀ ਸੀ ਉਹਨੇ ਕਿ ਲਾਜ ਰੱਖਣੀ ਤੇ ਇੱਕ ਤੁਹਾਡੇ ਭਰੋਸੇ ਤੋਂ ਸਦਕੇ ਤੁਹਾਡੀ ਭਾਵਨਾ ਤੋਂ ਸਦਕੇ ਆ ਜਿਹੜੀਆਂ ਦਾਤਾਂ ਤੁਹਾਨੂੰ ਮਿਲਦੀਆਂ ਪਈਆਂ ਨੇ ਤੁਹਾਡੇ ਭਰੋਸੇ ਦੇ ਕਰਕੇ ਤੁਹਾਨੂੰ ਮਿਲਦੀਆਂ ਪਈਆਂ ਨੇ ਆਖੋ ਸਤਨਾਮ ਕਹਿੰਦੇ ਬੀਬੀ ਗੁਰੂ ਨਾਨਕ ਦੇ ਖਾਤੇ ਚੋਂ 90 ਸਾਲ ਦੀ ਉਮਰ ਇਹਨੂੰ ਦਿੱਤੀ 90 ਸਾਲ ਇਹ ਉਮਰ ਭੋਗੇਗਾ ਤੇਰਾ ਬੱਚਾ ਪਰ ਇਹ ਬੱਚਾ ਗੁਰੂ ਨਾਨਕ ਦਾ ਹੋਇਆ ਅੱਜ ਤੋਂ ਬਾਅਦ ਆਖੋ ਸਤਨਾਮ ਤੇ ਗੁਰੂ ਨਾਨਕ ਦੇ ਪ੍ਰਚਾਰ ਹਿੱਤ ਸਿੱਖੀ ਦੇ ਪ੍ਰਚਾਰ ਹਿੱਤ ਇਹਨੂੰ ਲਾਣਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਰ ਦੇਣਾ ਇਹਨੂੰ ਸਮਰਪਿਤ ਇਹਨੂੰ ਸਿੱਖੀ ਦੇ ਲਈ ਤਿਆਰ ਕਰਨਾ ਇਹ ਬਹੁਤ ਮਹਾਨ ਪ੍ਰਚਾਰਕ ਬਣੇਗਾ ਇਹ ਸਿੱਖ ਬਣੇਗਾ ਬਹੁਤ ਮਹਾਨ ਦੁਨੀਆਂ ਝੁਕੇਗੀ ਇਹਦੇ ਅੱਗੇ ਨਮਸਕਾਰਾਂ ਕਰੇਗੀ ਇਹ ਬਾਜਾਂ ਵਾਲੇ ਨੇ ਸਾਧ ਸੰਗਤ 9 ਦਾ 90 ਬਣਾ ਕੇ ਉਮਰ ਵਧਾ ਦਿੱਤੀ ਤੇ ਜਦੋਂ ਮਹਾਰਾਜ ਤੋਰਨ ਲੱਗੇ ਨਾ ਤਾਂ ਕਦਮ ਰੋਕ ਦੇ ਕਹਿੰਦੇ ਮਾਈ ਹੁਣ ਤੁਹਾਨੂੰ ਖੁਸ਼ੀਆਂ ਨੇ ਛੁੱਟੀਆਂ ਨੇ ਜਾਓ ਤੇ ਜਾ ਕੇ ਸਾਡੇ ਪਿਆਰੇ ਬੱਚੇ ਨੂੰ ਕਹਿਣਾ ਸਾਡੇ ਲਾਡਲੇ ਨੂੰ ਕਹਿਣਾ ਸ਼ਾਮੂ ਸਚਿਆਰ ਨੂੰ ਉਹਨੂੰ ਸਾਡੇ ਵੱਲੋਂ ਸੁਨੇਹਾ ਦੇਣਾ ਕਹਿੰਦੇ ਤੂੰ ਹੁੰਡੀਆਂ ਲਿਖੀ ਜਾਇਆ ਕਰ ਤੇ ਅਸੀਂ ਤੇਰੀ ਲਿਖੀ ਹੋਈ ਹੁੰਡੀਆਂ ਤਾਰੀ ਜਾਇਆ ਕਰਾਂਗੇ ਆਪੋ ਸਤਨਾਮ ਤਾਰੀ ਜਾਇਆ ਕਰਾਂਗੇ ਕਰਮਾਂ ਵਾਲੇ ਹੋ ਇਹ ਹੁੰਡੀਆਂ ਤੁਹਾਨੂੰ ਪਤਾ ਅਸੀਂ ਲਿਖ ਕੇ ਦੇ ਦਿੰਦੇ ਹਾਂ ਕਾਗਜ਼ ਬਈ ਆ ਚੀਜ਼ ਉਹਨੂੰ ਦੇ ਦੇਣਾ ਉਹ ਫਿਰ ਅਗਲਾ ਜਿੱਥੇ ਉਹ ਕਾਗਜ਼ ਲੈ ਕੇ ਜਾਂਦਾ ਨਾ ਅਗਲਾ ਉਹਨੂੰ ਤਾਰ ਦਿੰਦਾ ਜੋ ਉੱਥੇ ਲਿਖਿਆ ਹੁੰਦਾ ਸਮਾਨ ਲਿਖਿਆ ਭਾਵੇਂ ਮਾਇਆ ਲਿਖੀ ਹੈ ਉਹ ਬੰਦਾ ਤਾਰ ਦਿੰਦਾ ਕਹਿੰਦੇ ਸਾਡੇ ਲਾਡਲੇ ਨੂੰ ਕਹਿਣਾ ਤੂੰ ਹੁੰਡੀਆਂ ਲਿਖੀ ਜਾਇਆ ਕਰ ਤੇ ਤੇਰੀਆਂ ਲਿਖੀਆਂ ਹੁੰਡੀਆਂ ਅਸੀਂ ਤਾਰੀ ਜਾਇਆ ਕਰਾਂਗੇ ਐਡਾ ਮਾਣ ਦਿੱਤਾ ਸਤਸੰਗ ਹੁਣ ਜਦੋਂ ਉਮਰਾਂ ਵੱਧ ਗਈਆਂ ਬਾਜਾਂ ਵਾਲੇ ਨੇ ਕਿਰਪਾ ਕਰਤੀ ਆ ਗਏ ਘਰ ਜਦੋਂ ਪਹੁੰਚੇ ਨਾ ਪਿੰਡ 'ਚ ਘਰ ਨਹੀਂ ਗਏ ਸਿੱਧਾ ਭਾਈ ਸ਼ਾਮੂ ਜੀ ਦੇ ਕੋਲ ਦੌੜਦੀ ਉਹ ਮਾਤਾ ਆਈ ਕਹਿੰਦੇ ਭਾਈ ਸਾਹਿਬ ਜੀ ਕਿਰਪਾ ਹੋ ਗਈ ਕਿਰਪਾ ਹੋ ਤੁਸੀਂ ਬਹੁਤ ਕਿਰਪਾ ਕੀਤੀ ਤੁਸੀਂ ਮਾਰਗ ਦੱਸਿਆ ਤਰੀਕੇ ਦੱਸੇ ਸਾਡਾ ਭਰੋਸਾ ਤਗੜਾ ਕੀਤਾ ਸਾਨੂੰ ਅਕੀਦੇ 'ਚ ਬਿਠਾਇਆ ਸਤਿਗੁਰੂ ਜੀ ਕਹਿੰਦੇ ਸਾਨੂੰ ਤੁਹਾਡੇ ਭਰੋਸੇ ਕਰਕੇ ਇਹ ਬਖਸ਼ਿਸ਼ ਮਿਲੀ ਆਹ ਜਿਹੜਾ ਭਰੋਸਾ ਤੁਸੀਂ ਸਾਨੂੰ ਜਿਸ ਭਰੋਸੇ ਦੇ ਨਾਲ ਤੁਸੀਂ ਸਾਨੂੰ ਜੋੜਿਆ ਸਤਸੰਗਤ ਭਾਈ ਸ਼ਾਮੂ ਸਚਿਆਰ ਜੀ ਕਹਿਣ ਲੱਗੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਗੁਰਸਿੱਖ ਆਪਣੇ ਤੇ ਕੁਝ ਨਹੀਂ ਲੈਂਦਾ ਕੁਝ ਨਹੀਂ ਲੈਂਦਾ ਤਾਂ ਬੀਬੀ ਕਹਿਣ ਲੱਗੀ ਕਿ ਮਹਾਰਾਜ ਇਹ ਵੀ ਕਹਿੰਦੇ ਸਨ ਸਾਡੇ ਲਾਡਲੇ ਨੂੰ ਕਹਿਣਾ ਕਿ ਤੂੰ ਹੁੰਡੀਆਂ ਲਿਖੀ ਜਾ ਤੇ ਤੇਰੀਆਂ ਲਿਖੀਆਂ ਹੁੰਡੀਆਂ ਅਸੀਂ ਤਾਰੀ ਜਾਵਾਂਗੇ ਨੇਤਰ ਭਿੱਜ ਗਏ ਇਹ ਬਾਜਾਂ ਵਾਲੇ ਆ ਐਡਾ ਪਿਆਰ ਦੇ ਐਡੀ ਬਖਸ਼ਿਸ਼
ਤੇਰੇ ਨਾਲ ਸਾਰੇ ਬਚਨ ਦੱਸੇ ਕਿ ਜੋ ਬਾਜਾਂ ਵਾਲੇ ਨੂੰ ਉੱਥੇ ਖੜ ਕੇ ਕੀਤੇ, ਕਹਿੰਦੇ ਕੀ ਕੀਤੇ ਬਚਨ ਦੱਸੇ, ਫਿਰ ਕਹਿੰਦੇ ਇਹ ਬੱਚਾ ਗੁਰੂ ਨਾਨਕ ਦੇ ਘਰੋਂ ਇਹਨੂੰ ਆਯੂ ਦੇ ਰਹੇ, ਗੁਰੂ ਨਾਨਕ ਦੇ ਘਰ ਨਾਲ ਜੋੜਦੇ, ਗੁਰੂ ਨਾਨਕ ਦੀ ਸਿੱਖੀ ਨਾਲ ਜੋੜਦੇ। ਕਹਿੰਦੇ ਮਾਈ ਤੇਰੇ ਭਾਗ ਜਾ ਕੇ ਉਹ ਸਾਹਿਬ ਨੇ ਉਮਰਾਂ ਤਾਂ ਦਿੱਤੀਆਂ ਦਿੱਤੀਆਂ, ਨਾਲ ਗੁਰੂ ਨਾਨਕ ਦੇ ਘਰ ਦੀ ਸਿੱਖੀ ਵੀ ਦੇ ਦਿੱਤੀ। ਆਖੋ ਸਤਨਾਮ ਵਾਹਿਗੁਰੂ। ਇਹ ਵੱਡੀ ਗੱਲ ਹੈ, ਅਰਦਾਸ ਕਰਿਆ ਕਰੋ ਗਰੀਬ ਨਿਵਾਜ, ਮੈਨੂੰ ਸਿੱਖੀ ਨਾਲ ਜੋੜ, ਇਹ ਮੁਬਾਰਕ। ਪਰ ਇੱਕ ਕਿਰਪਾ ਹੋਰ ਕਰੀ, ਜਦ ਤੱਕ ਮੇਰੀਆਂ ਕੁੱਲਾਂ ਚੱਲਣ ਤੁਹਾਡੀ ਸਿੱਖੀ ਮੇਰੇ ਘਰੋਂ ਨਾ ਨਿਕਲੇ। ਆਖੋ ਸਤਨਾਮ। ਜਦ ਤੱਕ ਮੇਰੀਆਂ ਕੁੱਲਾਂ ਤੁਹਾਡੀ ਸਿੱਖੀ ਮੇਰੇ ਘਰੋਂ ਨਾ ਨਿਕਲੇ, ਇਹ ਅਰਦਾਸਾਂ ਕਰਿਆ ਕਰੋ, ਸਿੱਖੀ ਮੰਗਿਆ ਕਰੋ। ਸਿੱਖੀ ਮਾਈ, ਫਿਰ ਜੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਿੱਤੀ ਇਸ ਬੱਚੇ ਨੂੰ, ਤੇ ਇਹ ਗੁਰੂ ਨਾਨਕ ਦੇ ਘਰ ਦਾ ਹੋ ਗਿਆ, ਹੁਣ ਇਸ ਬੱਚੇ ਨੂੰ ਇੱਥੇ ਹੀ ਛੱਡ ਜਾ। ਸਤਨਾਮ। ਹੁਣ ਇਸ ਬੱਚੇ ਨੂੰ ਇੱਥੇ ਹੀ ਛੱਡ ਜਾ। ਹੁਣ ਜਦੋਂ ਮਾਂ ਨੂੰ ਕਹਿਣਾ ਇੱਥੇ ਹੀ ਛੱਡ ਜਾ, ਉਹ ਮਾਂ ਦਾ ਕਲੇਜਾ, ਮਾਂ ਦਾ ਜਿਗਰ ਹੈ, ਕਹਿੰਦੇ ਭਾਈ ਸਾਹਿਬ ਜੀ ਇੱਥੇ ਹੀ ਛੱਡ ਜਾ। ਮਾਈ ਕਿਉਂ ਤੋਖਲਾ ਕਰਦੀ ਏ, ਕਿਉਂ ਮਨ ਦੇ ਤੋਖਲਾ ਆ ਗਿਆ ਤੇਰੇ? ਬਾਜਾਂ ਵਾਲੇ ਨੇ ਕਿਹਾ ਨਹੀਂ ਇਹ ਗੁਰੂ ਨਾਨਕ ਦਾ, ਗੁਰੂ ਨਾਨਕ ਦੇ ਘਰ ਦੀ ਸਿੱਖੀ। ਕਹਿੰਦੇ ਹੁਣ ਇਹ ਸਾਡਾ ਹੋਇਆ, ਇਹਨੂੰ ਪ੍ਰਚਾਰ 'ਚ ਲਵਾਂਗੇ। ਮਾਈ ਨੇ ਹੱਥ ਜੋੜੇ, ਮਹਾਰਾਜ ਫਿਰ ਮੈਂ ਕੀ ਕਰਾਂਗੀ, ਆਹ ਦੱਸ ਦਿਓ ਮੈਂ ਕੀ ਕਰਾਂਗੀ, ਮੇਰੇ ਕੋਲ ਤਾਂ ਇੱਕੋ ਇੱਕ ਪੁੱਤਰ ਹੈ। ਕਹਿੰਦੇ ਮਾਈ ਜੇ ਬਾਜਾਂ ਵਾਲੇ ਨੇ ਤੇਰਾ ਇੱਕ ਪੁੱਤਰ ਸਿੱਖੀ ਦੇ ਪ੍ਰਚਾਰ ਹਿੱਤ ਲਾਇਆ ਤੇ ਤੈਨੂੰ ਵਾਂਝਾ ਨਹੀਂ ਰੱਖਣਗੇ, ਉਹ ਬਾਜਾਂ ਵਾਲੇ ਤੈਨੂੰ ਇੱਕ ਪੁੱਤ ਹੋਰ ਦੇਣਗੇ। ਆਖੋ ਸਤਨਾਮ। ਉਹ ਤੇਰੀ ਗੋਦ ਵੀ ਖਾਲੀ ਨਹੀਂ ਰੱਖਣਗੇ, ਸੁੰਨੀ ਨਹੀਂ ਰੱਖਣਗੇ। ਜੇ ਇੱਕ ਪੁੱਤ ਤੇਰਾ ਸਿੱਖੀ ਵਾਸਤੇ ਲਿਆ, ਉਹ ਤਾਂ ਲਿਆ ਕਿ ਤੈਨੂੰ ਪਹਿਲੇ ਦੂਜਾ ਪੁੱਤ ਦੇਣਗੇ। ਆਖੋ ਸਤਨਾਮ। ਜਾ ਮਾਈ, ਮੇਰੇ ਬਾਜਾਂ ਵਾਲੇ ਨੇ ਤੇਰੇ ਤੇ ਕਿਰਪਾ ਕੀਤੀ ਹੈ, ਇਹ ਪੁੱਤ ਤੇਰਾ ਗੁਰੂ ਨਾਨਕ ਦੇ ਪ੍ਰਚਾਰ ਹੈ, ਤਾਂ ਤੇਰੇ ਘਰ ਇੱਕ ਪੁੱਤ ਹੋਰ ਜਨਮ ਲਏਗਾ, ਉਹ ਤੇਰਾ ਹੋਏਗਾ, ਇਹ ਗੁਰੂ ਨਾਨਕ ਦਾ ਹੋਇਆ। ਆਖੋ ਸਤਨਾਮ। ਇਹ ਗੁਰੂ ਨਾਨਕ ਦਾ ਹੋਇਆ। ਸਤਸੰਗਤ ਭਰੋਸੇ ਦੇ ਵਿੱਚ ਫਿਰ ਅੱਖਾਂ ਭਰ ਗਈਆਂ, ਮਾਣ 'ਚ ਅੱਖਾਂ ਭਰ ਗਈਆਂ ਉਸ ਬੀਬੀ ਦੀ। ਕਹਿੰਦੇ ਭਾਈ ਸਾਹਿਬ ਜੀ ਸੱਚ ਕਹਿੰਦੇ ਸੋ, ਸੱਚ ਕਹਿੰਦੇ ਸੋ। ਉਹ ਜਿਹੜਾ ਕੋਈ ਭਰੋਸੇ ਤੇ ਬਹਿ ਜਾ, ਕੋਈ ਪੱਕੀ ਟੇਕ ਰੱਖੇ, ਗੁਰੂ ਨਾਨਕ ਦੇ ਘਰੋਂ ਸਭ ਕੁਝ ਲੈ ਸਕਦਾ, ਸਭ ਕੁਝ। ਮੈਂ ਇੱਕ ਪੁੱਤਰ ਦੀ ਜਾਨ ਬਖਸ਼ਾਣ ਲਈ ਗਈ ਸੀ, ਇੱਕ ਪੁੱਤਰ ਦੀ ਮੈਂ ਉਮਰ ਵਧਾਉਣ ਲਈ ਗਈ ਸੀ। ਓਏ ਉਮਰ ਤਾਂ ਕੀ ਵਧੀ, ਸਿੱਖੀ ਵੀ ਲੈ ਕੇ ਆਈ ਤੇ ਨਾਲ ਇੱਕ ਪੁੱਤਰ ਹੋਰ ਲੈ ਕੇ ਆਈ। ਆਖੋ ਸਤਨਾਮ। ਉਹ ਬਾਹਾਂ ਚੱਕ ਚੱਕ ਕੇ ਉਹ ਬੀਬੀ ਬੋਲੇ, ਕਹਿੰਦੇ ਉਹ ਦੁਨੀਆਂ ਦੇ ਲੋਕੋ, ਉਹ ਦੁਨੀਆਂ ਦੇ ਲੋਕੋ, ਬਹਿ ਜਾਓ ਬਾਜਾਂ ਵਾਲੇ ਦੇ ਭਰੋਸੇ ਤੇ, ਬਹਿ ਜਾਓ ਬਾਜਾਂ ਵਾਲੇ ਦੇ ਸਿਦਕ ਤੇ, ਬਾਜਾਂ ਵਾਲੇ ਕਦੇ ਖਾਲੀ ਨਹੀਂ ਤੋਰਨਗੇ। ਆਖੋ ਸਤਨਾਮ। ਵਾਹਿਗੁਰੂ ਜੋ ਸਤਿ ਸ੍ਰੀ ਅਕਾਲ। ਬੀਬੀ ਕਹਿਣ ਲੱਗੀ ਦੁਨੀਆਂ ਨੂੰ ਪੁਕਾਰ ਪੁਕਾਰ ਕੇ, ਬਾਹਾਂ ਅੱਡ ਅੱਡ ਕੇ ਕਹਿਣ ਲੱਗੀ, ਕਹਿੰਦੇ ਉਹ ਦੁਨੀਆਂ ਦੇ ਲੋਕੋ,
ਮੈਂ ਨੇੜੇ ਤੋਂ ਦੇਖਿਆ ਨੇੜੇ ਤੋਂ, ਜੋ ਜੋ ਵੀ ਤੁਸੀਂ ਮੰਗੋਗੇ ਨਾ ਬਾਜਾਂ ਵਾਲੇ ਕੋਲੋਂ, ਪਰ ਮੰਗਿਓ ਭਰੋਸੇ, ਮੰਗਿਓ ਕੀਤੇ ਕਰਕੇ, ਜੋ ਮੰਗੋਗੇ ਹੋਏ ਬਾਜਾਂ ਵਾਲੇ ਨੂੰ ਝੋਲੀਆਂ ਭਰਨੀਆਂ ਪੈਣਗੀਆਂ। ਕੋ ਸਤਨਾਮ ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਖਸਮ ਭਰੋਸਾ, ਜੋ ਮੰਗੋ ਸੋਈ ਸੋਈ ਕਸਮ ਭਰੋਸਾ, ਆਪਣੇ ਕਸਮ ਭਰੋਸਾ, ਆਪਣੇ ਕਸਮ ਭਰੋਸਾ, ਆਪਣੇ ਕਸਮ ਭਰੋਸਾ, ਜੋ ਮੰਗੋ ਸੋਈ ਸੋਈ ਪਾਓ। ਮੰਗੋ ਮੰਗੋ ਸੋਈ ਪਾਓ। ਸਤਿ ਸ਼੍ਰੀ ਅਕਾਲ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਜੀ।